ਟਾਕ ਟਾਈਮ ਦੇ ਵਿੱਚ ਮੈਂ ਮੰਜੂ ਵਾਲਿਆ ਤੁਹਾਡੀ ਹੋਸਟ ਤੇ ਤੁਹਾਡੀ ਦੋਸਤ ਤੁਹਾਡੇ ਆਪਣੇ ਸ਼ੋਅ ਤੇ ਆਪਣੇ ਚੈਨਲ ਜਸ ਪੰਜਾਬੀ 'ਚ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਮਾਂ ਬੋਲੀ ਨੂੰ ਪਿਆਰ ਕਰਨ ਵਾਲਿਓ, ਜਸ ਪੰਜਾਬੀ ਨੂੰ ਵੱਡਾ ਹੁੰਗਾਰਾ ਦੇਣ ਵਾਲਿਓ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਔਰ ਮੈਨੂੰ ਵੀ ਬਹੁਤ ਅੱਛਾ ਲੱਗਦਾ ਉਹਨਾਂ ਦੇ ਨਾਲ ਗੱਲਾਂ ਕਰਨਾ ਜਿਹੜਾ ਕਿ ਮੇਰੇ ਸਾਹਮਣੇ ਨਹੀਂ ਹੈਗੇ ਨੇ ਪਰ ਮੇਰੇ ਦਿਲ ਦੇ ਬਹੁਤ ਕਰੀਬ ਨੇ। ਕਹਿੰਦੇ ਨੇ ਕਿ ਕਿਸੇ ਨੇ ਪੁੱਛਿਆ ਕਿ ਵੀ ਆਪਣਾ ਕੌਣ ਹੈ, ਕਹਿੰਦੇ ਕਿ ਉਹਨੇ ਵੀ ਹੱਸ ਕੇ ਜਵਾਬ ਦੇ ਦਿੱਤਾ, ਸਮਾਂ। ਜੇ ਸਮਾਂ ਤੁਹਾਡੇ ਨਾਲ ਹੈਗਾ ਤਾਂ ਸਾਰੇ ਤੁਹਾਡੇ ਆਪਣੇ ਨੇ, ਜੇ ਸਮਾਂ ਤੁਹਾਡੇ ਨਾਲ ਨਹੀਂ ਹੈ ਤਾਂ ਕੋਈ ਵੀ ਤੁਹਾਡਾ ਆਪਣਾ ਨਹੀਂ ਹੈ। ਹੁਣ ਆਪਾਂ ਗੱਲ ਕਰੀਏ ਤਾਂ ਸਮੇਂ ਦੀ, ਸਮਾਂ ਉਸ ਵਕਤ ਬੜਾ ਖਰਾਬ ਹੋ ਜਾਂਦਾ ਹੈ ਜਦੋਂ ਬੰਦਾ ਬਿਮਾਰ ਪੈ ਜਾਂਦਾ ਹੈਗਾ, ਔਰ ਇੱਕ ਲੰਬੇ ਅਰਸੇ ਤੋਂ, ਥੋੜ੍ਹੇ ਦਿਨਾਂ ਤੋਂ ਜਾਂ ਕਿੰਨੇ ਚਿਰਾਂ ਤੋਂ ਉਹ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈਗਾ। ਥੋੜ੍ਹੇ ਅਰਸੇ ਪਹਿਲੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਇੱਕ ਬਿਮਾਰੀ ਆਈ ਸੀ ਕੈਂਸਰ, ਜੋ ਨਾ ਕਦੇ ਪਹਿਲਾਂ ਸਾਡੇ ਪੁਰਖਿਆਂ ਨੇ ਨਾ ਕਦੇ ਸੁਣੀ ਅਤੇ ਨਾ ਕਦੀ ਦੇਖੀ ਸੀਗੀ, ਅਤੇ ਉਹ ਵੱਧਦੀ ਗਈ ਵੱਧਦੀ ਗਈ, ਉਹਦਾ ਉਹ ਇੱਕ ਮਹਾਂਮਾਰੀ ਦੀ ਤਰ੍ਹਾਂ ਬਣ ਗਈ ਕਿ ਵੀ ਇਹ ਕਿਹਨੂੰ ਕੈਂਸਰ ਹੋ ਗਿਆ। ਤਾਂ ਬੰਦਾ ਸੋਚਦਾ ਕਿ ਮੈਨੂੰ ਤਾਂ ਹੁਣ ਕੈਂਸਰ ਹੋ ਗਿਆ, ਹੁਣ ਤਾਂ ਮੈਂ ਬਚਣਾ ਹੀ ਨਹੀਂ। ਉਹਦੇ ਵਿੱਚ ਹੀ ਫੀਲਡ ਦੇ ਵਿੱਚ ਐਡੇ ਐਡੇ ਵੱਡੇ ਡਾਕਟਰ ਆਏ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਆਪਣੇ ਇਲਾਜ ਦੇ ਨਾਲ, ਕਈ ਬੰਦਿਆਂ ਨੂੰ ਸਹੀ ਕੀਤਾ, ਕਈ ਮਾਵਾਂ ਨੂੰ ਆਪਣੇ ਟੱਬਰ ਦੇ ਵਿੱਚ ਵਾਪਸ ਭੇਜਿਆ, ਕਈ ਪਿਤਾਵਾਂ ਨੂੰ ਵਾਪਸ ਆਪਣੇ ਕੰਮ ਦੇ ਉੱਤੇ ਭੇਜਿਆ। ਹਾਂਜੀ, ਮੈਂ ਗੱਲ ਕਰ ਰਹੀ ਹਾਂ ਕੈਂਸਰ ਦੀ, ਅਤੇ ਅੱਜ ਮੈਂ ਤੁਹਾਨੂੰ ਇੱਕ ਐਸੇ ਹੀ ਡਾਕਟਰ ਨਾਲ ਮਿਲਾਉਣ ਜਾ ਰਹੀ ਹਾਂ ਜਿਹੜੇ ਕਿ ਇੱਕ ਮਾਂ ਹਨ, ਬੇਟੀ ਹਨ, ਪਤਨੀ ਹਨ, ਔਰ ਸਾਰੇ ਰਿਸ਼ਤਿਆਂ ਦੇ ਨਾਲ ਉਹ ਜੁੜੇ ਹੋਏ ਨੇ। ਜਿਸ ਤਰ੍ਹਾਂ ਉਹ ਆਪਣੇ ਘਰ ਨੂੰ ਸੰਭਾਲ ਰਹੇ ਨੇ, ਉਸੇ ਤਰ੍ਹਾਂ ਹੀ ਉਹ ਆਪਣੇ ਪੇਸ਼ੈਂਟਸ ਨੂੰ ਵੀ ਸੰਭਾਲ ਰਹੇ ਨੇ। ਅਤੇ ਆਓ ਮਿਲਾਉਂਦੇ ਹਾਂ ਤੁਹਾਨੂੰ ਡਾਕਟਰ ਮਨਪ੍ਰੀਤ ਚੱਟਾਲਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਮੰਜੂ ਜੀ, ਥੈਂਕ ਯੂ ਸੋ ਮਚ ਤੁਸੀਂ ਬੁਲਾਇਆ ਜੀ। ਜਸ ਪੰਜਾਬੀ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਔਰ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀਆਂ ਗੱਲਾਂ ਆਪਾਂ ਕਰਾਂਗੇ ਆਪਣੇ ਸਾਹਮਣੇ, ਉਹ ਸਾਡੇ ਦਰਸ਼ਕਾਂ ਲਈ ਬਹੁਤ ਹੀ ਵਧੀਆ ਹੋਣਗੀਆਂ, ਅਤੇ ਉਹਨਾਂ ਨੂੰ ਕਾਫੀ ਨੌਲੇਜ ਮਿਲੇਗੀ ਕਿ ਆਪਾਂ ਹੁਣ ਇਸ ਵਕਤ ਦੇ ਵਿੱਚ ਜਦੋਂ ਕੋਰੋਨਾ ਦੀ ਮਹਾਂਮਾਰੀ ਵੀ ਚੱਲੀ ਹੋਈ ਹੈ, ਇਸ ਦੇ ਨਾਲ ਨਾਲ ਆਪਾਂ ਕੈਂਸਰ ਨੂੰ ਹਰਾਉਣਾ ਹੈ, ਅਤੇ ਆਪਾਂ ਅੱਜ ਉਹਨਾਂ ਦੇ ਬਾਰੇ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਡਾਕਟਰ ਸਾਹਿਬ ਪੁੱਛਦੀ ਹਾਂ ਕਿ ਤੁਸੀਂ ਬੋਰਨ ਐਂਡ ਬਰੋਟਅਪ ਕਿੱਥੋਂ ਦੇ ਹੈਗੇ ਹੋ, ਕਿੱਥੇ ਤੁਹਾਡੀ ਐਜੂਕੇਸ਼ਨ ਹੋਈ, ਕੀ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਤੁਸੀਂ ਡਾਕਟਰ ਹੀ ਬਣਨਾ ਹੈ? ਅਤੇ ਮੰਜੂ ਜੀ, ਮੇਰੀ ਜੋ ਮੇਰਾ ਬਰਥ ਹੈਗਾ ਉਹ ਦਿੱਲੀ ਦਾ ਹੀ ਹੈਗਾ, ਨਵੀਂ ਦਿੱਲੀ 'ਚ ਬਰਥ ਹੋਇਆ ਸੀਗਾ, ਅਤੇ ਨਵੀਂ ਦਿੱਲੀ 'ਚ ਸਾਰੀ ਪੜ੍ਹਾਈ ਹੋਈ ਸਾਡੀ, ਅਤੇ ਉੱਥੇ ਦੇ ਕਾਲਜ ਮੈਡੀਕਲ ਕਾਲਜ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਜੋ ਕਿ ਕਾਫੀ ਉੱਥੇ ਦਾ ਫੇਮਸ ਦਿੱਲੀ ਦਾ ਮੈਡੀਕਲ ਕਾਲਜ ਹੈ, ਉੱਥੇ ਮੇਰੀ ਪੜ੍ਹਾਈ ਹੋਈ। MBBS ਦੀ ਡਿਗਰੀ ਅਸੀਂ ਉੱਥੋਂ ਲਿੱਤੀ, ਉਸ ਤੋਂ ਬਾਅਦ ਜੋ MD ਦੀ ਡਿਗਰੀ, ਬਾਕੀ ਦੀ ਪੜ੍ਹਾਈ ਮੇਰੀ ਸਾਰੀ US 'ਚ ਹੋਈ ਹੈ। MD ਦੀ ਡਿਗਰੀ ਜੋ ਕਿ ਮੈਡੀਸਨ ਦੀ ਟ੍ਰੇਨਿੰਗ ਹੁੰਦੀ ਹੈ, ਉਹ ਜਿਹੜੀ ਸੀਗੀ ਉਹ ਹੋਈ ਮੇਰੀ US 'ਚ, ਨਿਊਯਾਰਕ 'ਚ। ਉਸ ਤੋਂ ਬਾਅਦ ਹੁੰਦਾ ਹੈ ਜੋ ਐਡਵਾਂਸਮੈਂਟ ਹੁੰਦੀ, ਜਿਹਨੂੰ DM ਕਹਿੰਦੇ ਇੰਡੀਆ 'ਚ, ਅਤੇ ਇੱਥੇ ਫੈਲੋਸ਼ਿਪ ਕਹਿੰਦੇ ਨੇ, ਓਂਕੋਲੋਜੀ ਜੋ ਕਿ ਕੈਂਸਰ ਟ੍ਰੀਟਮੈਂਟ ਸੀ, ਮੈਡੀਕਲ ਓਂਕੋਲੋਜੀ ਜੋ ਕਿ ਮੈਡੀਸਨ ਦਿੰਦੇ ਨੇ, ਓਂਕੋਲੋਜੀ ਵਿੱਚ ਕਈ ਤਰ੍ਹਾਂ ਦੀ ਹੁੰਦੀ, ਰੇਡੀਏਸ਼ਨ ਜਾਂ ਸਰਜਰੀ, ਅਤੇ ਮੈਡੀਕਲ ਓਂਕੋਲੋਜੀ ਦੀ ਟ੍ਰੇਨਿੰਗ ਜੋ ਕਿ ਟ੍ਰੀਟਮੈਂਟਸ ਹੁੰਦੀਆਂ ਕੈਂਸਰ ਦੀ, ਉਹਦੀ ਟ੍ਰੇਨਿੰਗ ਲਿੱਤੀ ਮੈਂ ਐਕਸਟਰਾ। ਉਸ ਤੋਂ ਬਾਅਦ ਮੈਂ 2 ਸਾਲ ਦੀ ਐਕਸਟਰਾ ਟ੍ਰੇਨਿੰਗ ਕੀਤੀ ਜਿਹਨੂੰ ਕਹਿੰਦੇ ਇੰਟੀਗ੍ਰੇਟਿਵ ਮੈਡੀਸਨ, ਜੋ ਕਿ ਨੋਟ ਓਨਲੀ ਅਸੀਂ ਜੋ ਕਨਵੈਨਸ਼ਨਲ ਤਰੀਕੇ ਨਾਲ, ਜੋ ਕਿ ਨੋਰਮਲ ਦਵਾਈ ਦੇ ਵਾਲੇ ਤਰੀਕੇ ਦੇ ਇਲਾਵਾ, ਕਿਸ ਤਰ੍ਹਾਂ ਕੈਂਸਰ ਦੇ ਪੇਸ਼ੈਂਟਸ ਨੂੰ ਹੋਲਿਸਟਿਕ ਕੰਪਲੀਟ ਟ੍ਰੀਟਮੈਂਟ ਤੁਸੀਂ ਦੇ ਸਕਦੇ ਹੋ, ਜੋ ਕਿ ਫੋਕਸ ਕਰਦੀ ਹੈ ਅਦਰ ਮੈਡੀਸਿਨਸ ਦੇ ਉੱਤੇ, ਜਿਵੇਂ ਕਿ ਇਨਕਲੂਡਿੰਗ ਥੋੜ੍ਹਾ ਆਯੁਰਵੇਦਾ, ਹੋਮਿਓਪੈਥੀ, ਚਾਈਨੀਜ਼ ਟ੍ਰੈਡੀਸ਼ਨਲ ਮੈਡੀਸਨ, ਅਤੇ ਹੋਰ ਸਪੋਰਟਿਵ ਕੇਅਰ, ਕਿਸ ਤਰ੍ਹਾਂ ਨਾਲ ਜਿਹਨਾਂ ਨਾਲ ਉਹਨਾਂ ਦੀ ਆਊਟਕਮਸ ਅੱਛੀਆਂ ਹੋਣ, ਜਿਹਨਾਂ ਨਾਲ ਉਹਨਾਂ ਦਾ ਜੋ ਰਿਜ਼ਲਟ ਆਏ ਟ੍ਰੀਟਮੈਂਟ ਦੇ ਨਾਲ ਅੱਛਾ ਆਏ, ਤਾਂ ਕਿ ਪੇਸ਼ੈਂਟ ਹੀਲ ਹੋਏ ਅਤੇ ਕੈਂਸਰ ਵੀ ਟ੍ਰੀਟ ਹੋਏ ਜੀ। ਡਾਕਟਰ ਸਾਹਿਬ, ਆਪਾਂ ਜਦੋਂ ਅਸੀਂ ਬੱਚੇ ਹੁੰਦੇ ਸੀ ਅਤੇ ਅਸੀਂ ਕਿਤੇ ਕਿਤੇ ਸੁਣਦੇ ਸੀਗੇ
ਜਿਹਨੂੰ ਆਪਾਂ ਪੰਜਾਬੀ ਟਾਵਾਂ ਟਾਵਾਂ ਸੁਣਦੇ ਸੀਗੇ ਕਿ ਵੀ ਕਿਸੇ ਨੂੰ ਕੈਂਸਰ ਹੋ ਗਿਆ, ਤੇ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਕੈਂਸਰ ਹੈ ਕੀ ਹੈ। ਤੇ ਜੋ ਕੈਂਸਰ ਦੀ ਬਿਮਾਰੀ ਹੈ, ਇਹ ਸਮਝਣਾ ਬੜਾ ਜ਼ਰੂਰੀ ਕਿ ਕੈਂਸਰ ਦੇ ਜੋ ਸੈਲਸ ਨੇ, ਕੈਂਸਰ ਵੈਸੇ ਬਾਈ ਮੀਨਿੰਗ ਹੁੰਦਾ ਕਿ ਅਨਕੰਟਰੋਲਡ ਗਰੋਥ, ਯਾਨੀ ਕਿ ਕੋਈ ਸੈਲਸ ਦੀ ਜੋ ਗਰੋਥ ਹੋ ਰਹੀ ਹੈ, ਜੋ ਉਹ ਡਿਵਾਈਡ ਕਰ ਰਹੇ ਨੇ, ਉਹ ਕੰਟਰੋਲ ਤੋਂ ਬਾਹਰ ਹੈ। ਜਿਵੇਂ ਸਾਡੀ ਸਕਿਨ ਵਿੱਚ ਕੱਟ ਲੱਗੇ, ਹੀਲ ਕਰਦਾ ਹੈ, ਸਮੂਥ ਹੋ ਜਾਂਦੀ ਹੈ, ਇੰਝ ਨਹੀਂ ਹੁੰਦਾ ਕਿ ਫੋੜਾ ਬਣ ਜਾਂਦਾ ਜਾਂ ਮਾਸ ਬਣ ਜਾਂਦਾ, ਪਰ ਅਨਕੰਟਰੋਲਡ ਜਦ ਗਰੋਥ ਹੋ ਜਾਂਦੀ ਹੈ ਤੇ ਉਹ ਇੱਕ ਮਾਸ ਬਣ ਜਾਂਦਾ ਜੋ ਕਿ ਆਪਣੀ ਬੋਡੀ ਦੇ ਹੀ ਆਰਗਨ ਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦਾ। ਜੀ ਸੋ ਜੋ ਕੈਂਸਰ ਹੈ ਉਹ ਤੁਹਾਡੀ ਬੋਡੀ ਦੇ ਹੀ ਸੈਲਸ ਤੋਂ ਸਟਾਰਟ ਹੁੰਦਾ। ਤਾਂ ਇਸੇ ਤਰ੍ਹਾਂ ਅਗਰ ਕਹਿੰਦੇ ਹਾਂ ਕਿ ਜਿਵੇਂ ਬ੍ਰੈਸਟ ਦਾ ਕੈਂਸਰ ਬ੍ਰੈਸਟ ਦੇ ਸੈਲਸ ਤੋਂ ਸਟਾਰਟ ਹੁੰਦਾ, ਲੰਗ ਦਾ ਕੈਂਸਰ ਲੰਗ ਦੇ ਸੈਲਸ ਤੋਂ ਸਟਾਰਟ ਹੁੰਦਾ, ਜਾਂ ਮਾਊਥ ਦਾ, ਟੰਗ ਦਾ, ਜੀਭ ਦਾ, ਜਿੱਥੇ ਜਿਹੜੇ ਆਰਗਨ ਦਾ ਸਟਾਰਟ ਹੁੰਦਾ ਤਾਂ ਹੀ ਅਸੀਂ ਕਹਿੰਦੇ ਹਾਂ ਇਹਨੂੰ ਬ੍ਰੈਸਟ ਦਾ ਕੈਂਸਰ ਹੈ, ਜਾਂ ਉਹਨੂੰ ਲੰਗ ਦਾ ਕੈਂਸਰ ਹੈ, ਜਾਂ ਕੋਲਨ ਦਾ ਕੈਂਸਰ ਹੈ। ਡਿਫਰੈਂਟ ਜਿਸ ਜਿਸ ਬੋਡੀ ਦੇ ਪਾਰਟ ਤੋਂ, ਜਿਸ ਸਰੀਰ ਦੇ ਹਿੱਸੇ 'ਚ ਉਹ ਸਟਾਰਟ ਹੁੰਦਾ ਉਹਦਾ ਹੀ ਨਾਮ ਦਿੱਤਾ ਜਾਂਦਾ। ਤੇ ਸਟਾਰਟ ਹੋਣ ਦਾ ਕਾਰਨ ਹੈਗਾ ਕਿ ਜੋ ਬੇਸਿਕ ਲੈਵਲ ਹਰ ਸੈੱਲ ਦੇ ਅੰਦਰ ਇੱਕ ਜੋ ਅਸੀਂ ਕਹਿੰਦੇ ਜੈਨੈਟਿਕ ਮਟੀਰੀਅਲ ਹੁੰਦਾ, ਜਿਹਦੇ ਨਾਲ ਬੋਡੀ ਦੇ ਸੈਲਸ ਨੂੰ ਪਤਾ ਹੁੰਦਾ ਕਿ ਕਿੰਨਾ ਗਰੋ ਕਰਨਾ। ਉਹ ਜਦ ਹਾਰਮ ਹੋ ਜਾਂਦਾ, ਚਾਹੇ ਉਹ ਇਨਹੈਰਿਟਿਡ ਹੋਣ ਰੀਜ਼ਨਸ, ਕਈਆਂ ਨੂੰ ਐਬਨੋਰਮਲ ਜੀਨਸ ਹੁੰਦੀਆਂ ਨੇ ਜਿਹਦੇ ਨਾਲ ਉਹ ਬੋਰਨ ਹੁੰਦੇ ਆ, ਜਿਹੜੀ ਕਿ ਉਹਨਾਂ ਦੀ ਇਨਹੈਰਿਟਿਡ ਹੁੰਦਾ ਕਿ ਉਹਨਾਂ ਦੀ ਫੈਮਿਲੀ 'ਚ ਹੀ ਕੈਂਸਰ ਰਨ ਕਰਦਾ, ਕਈਆਂ ਨੂੰ ਐਨਵਾਇਰਮੈਂਟਲ ਐਕਸਪੋਜ਼ਰ ਹੁੰਦਾ ਕਿ ਕੈਮੀਕਲਸ ਦੇ ਨਾਲ ਐਕਸਪੋਜ਼ ਹੋਣ ਨਾਲ, ਜਾਂ ਸਰਟਨ ਕੋਈ ਹੋਰ ਸਰਕਮਸਟਾਂਸਿਸ ਜੋ ਕਿ ਅਸੀਂ ਡਿਸਕਸ ਕਰ ਸਕਦੇ ਹਾਂ ਐਨਵਾਇਰਮੈਂਟਲ ਐਕਸਪੋਜ਼ਰ ਦੇ ਨਾਲ, ਜੋ ਕਈਆਂ ਨੂੰ ਉਸ ਕਰਕੇ ਕੈਂਸਰ ਹੋ ਜਾਂਦਾ। ਤੇ ਜੋ ਕੈਂਸਰ ਦੀ ਜੋ ਗਰੋਥ ਹੈਗੀ ਹੈ ਉਹ ਕੋਈ ਜੇ ਅਸੀਂ ਕਹਿੰਦੇ ਕਿ ਇੱਕ ਇੰਸਟੀਗੇਟਿੰਗ ਚੀਜ਼ ਹੁੰਦੀ ਹੈ, ਜਾਂ ਤੇ ਹੈਰੀਡਿਟਰੀ ਜਾਂ ਐਨਵਾਇਰਮੈਂਟਲ ਐਕਸਪੋਜ਼ਰ ਮੋਸਟ ਕਾਮਨਲੀ ਹੁੰਦਾ, ਤੇ ਉਸ ਕਰਕੇ ਕੈਂਸਰ ਯੂਜਲੀ ਸਟਾਰਟ ਹੁੰਦਾ। ਉਸ ਤੋਂ ਬਾਅਦ ਡਿਫਰੈਂਟ ਵੇਜ਼ ਨਾਲ ਯੂ ਨੋ ਗਰੋ ਕਰਨ ਦੇ ਤਰੀਕੇ ਅਲੱਗ ਹੁੰਦੇ ਹਰ ਕੈਂਸਰ ਦੇ। ਡਾਕਟਰ ਸਾਹਿਬ, ਇਹ ਕੈਂਸਰ ਦਾ ਕਈ ਵਾਰ ਆਪਾਂ ਗਲਤ ਚੀਜ਼ਾਂ ਖਾ ਲੈਂਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਹਦਾ ਖਾਣ ਪੀਣ ਦਾ ਵੀ ਸਾਡੇ ਉਹਦੇ 'ਤੇ ਅਸਰ ਪੈਂਦਾ ਹੈ ਕੈਂਸਰ ਨੂੰ ਗਰੋ ਕਰਨ ਵਾਸਤੇ ਬਾਡੀ ਦੇ ਵਿੱਚ? ਬਿਲਕੁਲ ਮੰਜੂ ਜੀ, ਆਈ ਥਿੰਕ ਯੂ ਨੋ ਮੋਰ ਐਂਡ ਮੋਰ ਜਿੰਨਾ ਅਸੀਂ ਸਾਇੰਸ ਵਿੱਚ ਲਰਨ ਕਰਦੇ ਪਏ ਹਾਂ, ਸਿੱਖਦੇ ਪਏ ਹਾਂ, ਤੇ ਇਹ ਜ਼ਰੂਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜੋ ਅਸੀਂ ਇੱਕ ਤਾਂ ਜਿਵੇਂ ਜੀਨਸ ਦੀ ਗੱਲ ਹੈ, ਉਹ ਅਸੀਂ ਚੇਂਜ ਨਹੀਂ ਕਰ ਸਕਦੇ, ਜੋ ਸਾਡੇ ਪੇਰੈਂਟਸ ਤੋਂ ਆਇਆ ਉਹ ਅਸੀਂ ਨਹੀਂ ਚੇਂਜ ਕਰ ਸਕਦੇ, ਪਰ ਬਾਕੀ ਕਈ ਚੀਜ਼ਾਂ ਅਸੀਂ ਚੇਂਜ ਕਰ ਸਕਦੇ ਹਾਂ। ਤੇ ਡਾਇਟ, ਨਿਊਟ੍ਰੀਸ਼ਨ, ਯਾਨੀ ਜੋ ਖਾਣਾ ਪੀਣਾ ਹੈ, ਉਹ ਬਹੁਤ ਇੰਪੋਰਟੈਂਟ ਹੈਗਾ ਕਿ ਅਸੀਂ ਕੀ ਚੂਜ਼ ਕਰਦੇ ਹਾਂ ਖਾਣੇ 'ਚ, ਜੀ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਦੇ ਹਾਂ, ਤੇ ਕਿਸ ਤਰ੍ਹਾਂ ਦੇ ਹੋਰ ਰਿਸਕ ਬਿਹੇਵੀਅਰ ਹੁੰਦੇ, ਜਿਵੇਂ ਕਹਿ ਲਓ ਸਮੋਕਿੰਗ ਹੈ, ਐਲਕੋਹਲ ਹੈ ਕਿ ਨਹੀਂ, ਐਕਸਰਸਾਈਜ਼ ਕਿੰਨੀ ਕਰਦੇ ਹਾਂ, ਤੇ ਨਿਊਟ੍ਰੀਸ਼ਨ ਵਿੱਚ ਅਸੀਂ ਕੀ ਖਾਂਦੇ ਹਾਂ। ਜੀ ਪਲਾਂਟ ਬੇਸਡ ਜੋ ਕਿ ਵੈਜੀਟੇਰੀਅਨ ਜੋ ਡਾਇਟ ਹੈ ਉਹ ਮੰਨੀ ਜਾਂਦੀ ਹੈ ਕਿ ਮੱਚ ਬੈਟਰ ਹੈ, ਸੁਪੀਰੀਅਰ ਹੈਗੀ ਹੈ, ਕੰਪੇਅਰ ਟੂ ਅਗਰ ਤੁਸੀਂ ਜੋ ਐਨੀਮਲ ਬੇਸਡ, ਜੋ ਕਿ ਅਗਰ ਮੀਟ ਵਗੈਰਾ ਜ਼ਿਆਦਾ ਖਾਣੇ ਉਨੇ ਅੱਛੇ ਨੇ। ਕਿਆ ਪਿਓਰਲੀ ਵੈਜੀਟੇਰੀਅਨ ਅੱਛਾ ਹੈ? ਉਹ ਹਜੇ ਇੰਨਾ ਸੌਟ ਨਹੀਂ, ਪਰ 50%, ਯਾਨੀ ਕਿ ਤੁਹਾਡੀ ਇੱਕ ਪਲੇਟ ਹੋਏ ਜੋ ਤੁਸੀਂ ਖਾ ਰਹੇ ਹੋ, ਅੱਧਾ ਤੁਹਾਡਾ ਡਾਇਟ ਜੋ ਹੋਣਾ ਚਾਹੀਦਾ ਹੈ ਵੈਜੀਟੇਬਲਸ ਐਂਡ ਫਰੂਟਸ ਹੋਣਾ ਚਾਹੀਦਾ, ਤੇ ਉਹ ਤੁਹਾਨੂੰ ਐਂਡ ਹੋਲ ਗ੍ਰੇਨਸ, ਰਿਫਾਈਂਡ ਵਗੈਰਾ ਦੀ ਬਜਾਏ ਜਿਵੇਂ ਦਾਣੇਦਾਰ ਚੀਜ਼ਾਂ ਜੋ ਕਿ ਛਿਲਕਾ ਨਾ ਲਿੱਤਾ ਹੋਏ, ਜਿਵੇਂ ਜਿਵੇਂ ਦਲੀਆ ਹੋ ਗਿਆ, ਬਰਾਊਨ ਵਾਲੇ ਚਾਵਲ ਹੋ ਗਏ, ਤੇ ਜਿਵੇਂ ਅਸੀਂ ਇੰਡੀਆ 'ਚ ਜੋਂ, ਜਵਾਰ, ਡਿਫਰੈਂਟ ਮਿਲਟਸ ਤੇ ਡਿਫਰੈਂਟ ਗ੍ਰੇਨਸ ਜੋ ਖਾਂਦੇ ਹਾਂ, ਜੋ ਡਿਫਰੈਂਟ ਅਨਾਜ ਤੇ ਹੈਗੀ ਵਰਾਇਟੀ ਰੱਖੀ ਜਾਏ, ਖਾਲੀ ਸਫੇਦ ਆਟਾ ਜਾਂ ਸਫੇਦ ਮੈਦਾ ਅਵੋਇਡ ਕੀਤਾ ਜਾਏ। ਸੋ ਵਾਈਟ ਚੀਜ਼ਾਂ ਇਨ ਦ ਵੇ ਅਵੋਇਡ ਕੀਤੀ ਜਾਣ, ਜਿਵੇਂ ਸ਼ੂਗਰ, ਰਿਫਾਈਨਡ ਫਲਾਵਰ, ਬਹੁਤ ਜ਼ਿਆਦਾ ਸੋਲਟ, ਇਹ ਚੀਜ਼ਾਂ, ਮਤਲਬ ਅਫਕੋਰਸ ਸੋਲਟ ਨਾਲ ਕੋਈ ਲਿੰਕ ਨਹੀਂ ਹੈ, ਪਰ ਇਨ ਜਨਰਲ ਹੈਲਦੀ ਨਹੀਂ ਹੈ ਕਿ ਅਗਰ ਤੁਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਜਾਓ। ਜੀ ਡਾਕਟਰ ਸਾਹਿਬ, ਪਹਿਲਾਂ ਆਪਾਂ ਜੇ ਦੇਖਿਆ ਜਾਏ ਤੇ ਸਾਰੇ 3 ਟਾਈਮ ਦਾ ਮੀਲ ਬਣਦਾ ਸੀਗਾ, 3 ਟਾਈਮ ਦੀ ਰੋਟੀ ਬਣਦੀ ਸੀਗੀ। ਅੱਜ ਅਸੀਂ ਜ਼ਿਆਦਾ ਫਾਸਟ ਫੂਡ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੀ ਗਰੋਥ ਦਾ ਇੱਕ ਰੀਜ਼ਨ ਇਹ ਵੀ ਹੈਗਾ? ਬਿਲਕੁਲ ਮੰਜੂ ਜੀ, ਬਿਕੋਜ਼ ਪ੍ਰੋਸੈਸਡ ਫੂਡ ਜੋ ਸਾਡੀ ਡਾਇਟ ਦਾ ਇੰਨਾ ਪਾਰਟ ਬਣ ਗਿਆ, ਕਿਉਂਕਿ ਜ਼ਿੰਦਗੀ ਇੰਨੀ ਭੱਜ ਦੌੜ 'ਚ ਹੋ ਗਈ ਕਿ ਹਰ ਇੱਕ ਨੂੰ ਈਜ਼ੀ ਕੰਮ ਅੱਛਾ ਲੱਗਦਾ, ਕਿਉਂਕਿ ਖਾਣਾ ਬੇਸਿਕ ਤੋਂ ਬਣਾਉਣਾ ਮੁਸ਼ਕਿਲ ਹੈ, ਥੋੜ੍ਹਾ ਕੰਮ ਜ਼ਿਆਦਾ ਲੱਗਦਾ, ਪਰ ਅਗਰ ਔਰਗਨਾਈਜ਼ ਕੀਤਾ ਜਾਏ ਕੀਤਾ ਜਾ ਸਕਦਾ। ਤੇ ਪਰ ਅਗੇਨ, ਹਾਂਜੀ, ਰਿਫਾਈਂਡ ਫਲਾਵਰਸ, ਰਿਫਾਈਂਡ ਫੂਡ ਤੇ ਪ੍ਰੋਸੈਸ ਫੂਡ ਦੇ ਅੰਦਰ ਜੋ ਕੈਮੀਕਲ ਆਉਂਦੇ ਉਹਨਾਂ ਨੂੰ ਰੱਖਣ ਲਈ, ਤਾਂ ਕਿ ਉਹ ਖਰਾਬ ਨਾ ਹੋਣ, ਜੋ ਪ੍ਰੈਜ਼ਰਵੇਟਿਵਸ ਹੁੰਦੇ ਆ ਉਹ ਕੈਮੀਕਲਸ ਹੀ ਨੇ ਜੋ ਤੁਹਾਡੀ ਬੋਡੀ ਵਿੱਚ ਨਹੀਂ ਡਾਈਜੈਸਟ ਹੁੰਦੇ। ਅਗਰ ਸੋਚਿਆ ਜਾਏ, ਤੁਸੀਂ ਸੋਚੋ ਕਿ
जो केमिकल नेचर इच नहीं एवे बनिया, जो केमिकल फैक्ट्री च बनिया, वो केमिकल तुहाडी बॉडी नू, जिन्हों से कहने एवोल्यूशन दे नाल, यानी तुहाडी बॉडी नू नहीं पता उन्हों कीवें डाइजेस्ट करना, बिकॉज वो नेचर इच नहीं है। तुसी फ्रूट खाते हो तुहाडी बॉडी नू पता उन्हों कीवें डाइजेस्ट करना है, पर एक प्रेजरवेटिव खाते हो तो तुहाडी बॉडी नू नहीं पता उन्हों कीवें डाइजेस्ट करना है, तो वो केमिकल्स डिपॉजिट हो जाते हैं बॉडी च, तो उससे बॉडी नू हार्म कर सकते हैं। ਐਗਜ਼ਾਮ ਤੁਸੀਂ ਕਿੰਨੇ ਸਾਲ ਤੋਂ ਕੀ ਤੁਹਾਡੇ ਦਿਮਾਗ 'ਚ ਆਇਆ ਪਹਿਲਾਂ ਤਾਂ ਕਿ ਤੁਸੀਂ ਕੈਂਸਰ ਸਪੈਸ਼ਲਿਸਟ ਬਣਨਾ ਹੈਗਾ, ਅਤੇ ਦੂਜਾ ਕਿੰਨੇ ਸਾਲ ਤੋਂ ਤੁਸੀਂ ਆਪਣੀ ਪ੍ਰੈਕਟਿਸ? ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਡਾਕਟਰ ਸਾਹਿਬ ਅਰਜ਼ੋਨਾ ਤੋਂ ਨੇ ਅਤੇ ਇੱਥੇ ਹੀ ਪ੍ਰੈਕਟਿਸ ਕਰਦੇ ਪਏ ਨੇ, ਅਤੇ ਕਿੰਨੇ ਸਾਲ ਤੋਂ ਤੁਸੀਂ ਪ੍ਰੈਕਟਿਸ ਕਰਦੇ ਪਏ? ਤੇ ਮੰਜੂ ਜੀ, ਮੈਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਪ੍ਰੈਕਟਿਸ ਕੀਤੇ ਕਰਦੇ ਹੋਏ, ਤੇ 2008 ਵਿੱਚ ਮੈਂ ਆਪਣੀ ਓਨਕੋਲੋਜੀ ਦੀ ਪ੍ਰੈਕਟਿਸ ਤੋਂ ਉਸ ਤੋਂ ਬਾਅਦ ਕਰ ਲਈ ਸੀ ਸ਼ੁਰੂ, ਤੇ ਹੁਣ ਕਾਫੀ ਟਾਈਮ ਹੋ ਗਿਆ, ਆਲਮੋਸਟ 15 ਸਾਲ ਹੋ ਗਏ। ਤੇ ਦੀ ਅਦਰ ਥਿੰਗ ਜੋ ਸਟਾਰਟਿੰਗ ਪੁਆਇੰਟ ਜੋ ਸੀਗਾ, ਇਟ ਵਾਸ ਕਿ ਮੇਰੀ ਜੋ ਨਾਨੀ ਜੀ ਸੀਗੇ, ਉਹਨਾਂ ਨੂੰ ਪੈਂਕਰੀਆਸ ਕੈਂਸਰ ਦੀ ਬਿਮਾਰੀ ਹੋਈ ਸੀ। ਉਸ ਟਾਈਮ ਮੈਂ ਮੈਡੀਕਲ ਸਕੂਲ ਦੇ ਅੰਦਰ ਹੀ ਸੀਗੀ। ਮੈਡੀਸਨ ਕਰਨਾ ਮੇਰਾ ਬਚਪਨ ਤੋਂ ਇੰਟਰਸਟ ਸੀਗਾ, ਕਿਉਂਕਿ ਮੈਨੂੰ ਅੱਛਾ ਲੱਗਦਾ ਸੀ ਕਿ ਕਿਸੇ ਤਰ੍ਹਾਂ ਮੈਂ ਦੁਨੀਆ ਦੀ ਹੈਲਪ ਕਰ ਸਕਾਂ। ਪਰ ਡਿਊਰਿੰਗ ਮੈਡੀਕਲ ਸਕੂਲ ਮੇਰੇ ਨਾਨੀ ਜੀ ਨੂੰ ਉਸ ਟਾਈਮ ਪੈਂਕਰੀਅਸ ਕੈਂਸਰ ਹੋ ਗਿਆ ਸੀ। ਜਿਵੇਂ ਤੁਸੀਂ ਕਿਹਾ ਕਿ ਕੋਈ ਵਿਰਲੇ ਵਿਰਲੇ ਨੂੰ ਪਤਾ ਚੱਲਦਾ ਸੀ, ਤੇ ਉਹਨਾਂ ਦਾ ਤਾਂ ਕੋਈ ਰਿਸਕ ਫੈਕਟਰ ਵੀ ਨਹੀਂ ਸੀਗਾ ਉਸ ਟਾਈਮ ਜੋ ਸਾਨੂੰ ਪਤਾ ਸੀਗਾ। ਤੇ ਅਬਿਨ ਆਫ ਕੋਰਸ ਲੇਟਰ ਸਾਨੂੰ ਪਤਾ ਚੱਲਾ ਕਿ ਸਾਡੀ ਫੈਮਿਲੀ 'ਚ ਹੋਰ ਕਈ ਮੈਂਬਰਸ ਨੂੰ ਪੈਂਕਰੀਅਸ ਕੈਂਸਰ ਲੇਟਰ ਹੋਇਆ, ਤੇ ਦੈਟ ਮੀਨਸ ਕਿ ਸਾਡੀ ਫੈਮਿਲੀ 'ਚ ਹੋ ਸਕਦਾ ਕੋਈ ਅਬਨੋਰਮਲ ਜੀਨ ਹੋਏ। ਯੂ ਨੋ ਆਫ ਕੋਰਸ ਉਸ ਟਾਈਮ ਨਹੀਂ ਪਤਾ ਸੀ, ਬੜੀ ਥੋੜ੍ਹੇ ਬਾਅਦ 'ਚ ਹੋਇਆ ਇਹ ਗੱਲ। ਤੇ ਯੂ ਨੋ ਉਸ ਚੀਜ਼ ਨੇ ਮੈਨੂੰ ਕਾਫੀ ਇਫੈਕਟ ਕੀਤਾ, ਕਿਉਂਕਿ ਮੈਂ ਆਪਣੇ ਨਾਨੀ ਜੀ ਦੇ ਕਾਫੀ ਕਲੋਜ਼ ਸੀ। ਤੇ ਫਿਰ ਮੈਂ ਡਿਸਾਈਡ ਕੀਤਾ ਕਿ ਨਹੀਂ, ਕੈਂਸਰ ਦੀ ਹੀ ਸਟੱਡੀ ਕਰਨੀ ਹੈ। ਤੇ ਉਸ ਟਾਈਮ ਬਾਹਰ ਅਮੈਰੀਕਾ 'ਚ ਕਾਫੀ ਇਨਫੋਰਮੇਸ਼ਨ ਸੀਗੀ, ਮੋਰ ਐਡਵਾਂਸ ਟ੍ਰੇਨਿੰਗ ਸੀ ਕੰਪੇਅਰ ਟੂ ਇੰਡੀਆ, ਤੇ ਇਸ ਕਰਕੇ ਮੈਂ ਸੋਚਿਆ ਕਿ ਨਹੀਂ, ਐਡਵਾਂਸ ਟ੍ਰੇਨਿੰਗ ਲੈਣ ਲਈ ਬਾਹਰ ਜਾ ਕੇ ਸਿੱਖਣਾ ਜ਼ਰੂਰੀ ਹੈ ਮੇਰੇ ਲਈ। ਜੀ, ਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ, ਅੱਜ ਤੁਸੀਂ ਬਲੂ ਪਾਇਆ? ਤੇ ਬਲੂ ਦਾ ਰੀਜ਼ਨ ਹੈਗਾ ਕਿ ਮੰਜੂ ਜੀ, ਮਾਰਚ ਜੋ ਹੈਗਾ ਕੋਲਨ ਤੇ ਰੈਕਟਲ ਕੈਂਸਰ ਦਾ ਅਵੇਅਰਨੈਸ ਮੰਥ ਹੈ, ਤੇ ਇਹ ਜੋ ਬਲੂ ਕਲਰ ਹੈਗਾ ਤੇ ਪਿੰਕ ਜੋ ਹੈਗਾ ਕੋਲਨ ਕੈਂਸਰ ਅਵੇਅਰਨੈਸ ਲਈ ਹੈਗਾ। ਤੇ ਮੇਰੀ ਬੜੇ ਡੀਅਰ, ਸ਼ੀ ਇਜ਼ ਲਾਈਕ ਮਾਈ ਸਿਸਟਰ, ਮਾਈ ਮਾਸੀ ਜੀ, ਤੇ ਉਹਨਾਂ ਨੂੰ ਕੋਲਨ ਕੈਂਸਰ ਡਿਟੈਕਟ ਹੋਇਆ ਬਿਕੋਜ਼ ਸ਼ੀ ਇਜ਼ ਯੰਗ। ਤੇ ਪਰ ਅਸੀਂ ਕਿਸੇ ਨੇ ਸੋਚਿਆ ਹੀ ਨਹੀਂ ਕਿ ਯੂ ਨੋ ਕੋਲੋਨੋਸਕੋਪੀ ਕਰਾਉਣੀ ਚਾਹੀਦੀ ਹੈ। ਸੋ ਇਹ ਚੀਜ਼ ਜੋ ਹੁੰਦੀ, ਕਈ ਵਾਰ ਉਹ ਕਹਿੰਦੇ ਨੇ ਕਿ ਚਿਰਾਗ ਥੱਲੇ ਵੀ ਹਨੇਰਾ ਹੋ ਜਾਂਦਾ, ਕਿ ਬੰਦਾ ਸੋਚਦਾ ਹੈ ਕਿ ਕਰਨੀ ਚਾਹੀਦੀ ਹੈ, ਤੇ ਅਸੀਂ ਸੋਚਦੇ ਕਿ ਨਹੀਂ, ਅਸੀਂ ਤੇ ਹੈਲਦੀ ਹਾਂ ਕਿਉਂ ਜਾਈਏ। ਤੇ ਮੈਂ ਇਸ ਚੀਜ਼ ਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਸੀ ਸਾਰਿਆਂ ਨਾਲ। ਇੰਡੀਆ 'ਚ ਥੋੜ੍ਹੀ ਇਸ ਚੀਜ਼ ਦੀ ਹੈਜ਼ੀਟੈਂਸੀ ਹੈਗੀ ਹੈ ਕਿ ਅਸੀਂ ਕੋਲੋਨੋਸਕੋਪੀ ਕਰਾਉਣਾ ਨੂੰ, ਮੈਮੋਗ੍ਰਾਮਸ ਫਿਰ ਵੀ ਲੇਡੀਜ਼ ਕਰਾ ਲੈਂਦੀਆਂ, ਪਰ ਕੋਲੋਨੋਸਕੋਪੀ ਲੋਕ ਘੱਟ ਕਰਾਉਂਦੇ, ਤੇ ਮੈਂ ਇਨਕਰੇਜ ਕਰਨਾ ਚਾਹੁੰਦੀ ਹਾਂ ਕਿ ਸਭ ਨੂੰ ਮੈਸੇਜ ਦੇਣਾ ਚਾਹੁੰਦੀ ਸੀ ਕਿ ਪਲੀਜ਼ ਕਰੋ। ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਮਨਪ੍ਰੀਤ ਚੱਡਾ ਜੀ ਨਾਲ, ਜੋ ਅਰਜ਼ੋਨਾ ਤੋਂ ਨੇ ਅਤੇ ਕੈਂਸਰ ਸਪੈਸ਼ਲਿਸਟ ਨੇ। ਸਾਡਾ ਵਾਰਤਾਲਾਪ ਆਹਮਣੇ ਸਾਹਮਣੇ ਇੱਦਾਂ ਹੀ ਚੱਲਦਾ ਰਹੇਗਾ, ਤੁਹਾਡੇ ਮਤਲਬ ਦੀਆਂ ਗੱਲਾਂ। ਤੁਸੀਂ ਕਿਧਰੇ ਜਾਇਓ ਨਾ, ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਡਾਕਟਰ ਮਨਪ੍ਰੀਤ ਜੀ ਨਾਲ। ਡਾਕਟਰ ਸਾਹਿਬ, ਇਹ ਕੈਂਸਰ ਦੇ ਲੱਛਣ ਕੀ ਨੇ? ਤੇ ਕੈਂਸਰ ਦੀ ਜੋ ਪ੍ਰੋਬਲਮਸ ਹੁੰਦੀਆਂ ਨਾ ਮੰਜੂ ਜੀ, ਰਿਮੈਂਬਰ ਕਰਨਾ ਹੈ ਕਿ ਦੋ ਤਰ੍ਹਾਂ ਦਾ ਸਿੰਪਟਮ ਕਰ ਸਕਦਾ ਹੈ। ਇੱਕ ਤੇ ਜਿਸ ਪਾਰਟ ਬੋਡੀ ਦੇ ਜਿਸ ਹਿੱਸੇ ਤੋਂ ਸਟਾਰਟ ਹੁੰਦਾ ਹੈ, ਉੱਥੇ ਉਹ ਲੋਕਲ ਸਿੰਪਟਮਸ ਕਰ ਸਕਦਾ ਹੈ। ਜਿਵੇਂ ਮੰਨ ਲਓ ਕਿ ਅਗਰ ਬ੍ਰੈਸਟ ਦਾ ਹੈਗਾ, ਤੇ ਇੱਕ ਮਾਸ ਫੀਲ ਹੋ ਸਕਦਾ ਜਿਹਨੂੰ ਅਸੀਂ ਯੂ ਨੋ ਫੀਲ ਕਰ ਸਕਦੇ ਹਾਂ, ਜਾਂ ਕਈ ਵਾਰ ਸਕਿਨ ਤੇ ਚੇਂਜਸ ਆ ਜਾਂਦੇ ਹੈ, ਜਾਂ ਡਿਸਚਾਰਜ ਹੋ ਸਕਦਾ, ਇਸ ਤਰ੍ਹਾਂ ਦੀ ਹੋ ਸਕਦੀ ਹੈ। ਅਗਰ ਫੇਫੜੇ ਦਾ ਹੋਏ ਤੇ ਖਾਂਸੀ ਜਿਹਦੇ 'ਚ ਖੂਨ ਆਏ, ਉਹ ਹੋ ਸਕਦਾ ਹੈ। ਅਗਰ ਲਿਵਰ ਦਾ ਹੋਏ ਤੇ ਉਹਦੇ ਨਾਲ ਕਈਆਂ ਨੂੰ ਪੀਲੀਆ ਦੀ ਬਿਮਾਰੀ ਜਿਹਨੂੰ ਕਹਿੰਦੇ ਜੌਂਡਿਸ ਹੋ ਸਕਦਾ, ਅੱਖਾਂ ਪੀਲੀਆਂ ਹੋ ਸਕਦੀਆਂ, ਯੂਰਿਨ ਦਾ ਕਲਰ, ਪਿਸ਼ਾਬ ਦਾ ਕਲਰ ਚੇਂਜ ਹੋ ਸਕਦਾ, ਸਟੂਲ ਦਾ ਕਲਰ, ਬਾਥਰੂਮ ਦਾ ਕਲਰ ਚੇਂਜ ਹੋ ਸਕਦਾ। ਸੋ ਜਿਸ ਪਾਰਟ ਤੇ ਬੋਡੀ ਦੇ ਪਾਰਟ ਨੂੰ ਹਿੱਸੇ ਤੇ ਅਫੈਕਟ ਕਰਦਾ, ਉਹਦੇ ਨਾਲ ਰਿਲੇਟਡ ਸਿੰਪਟਮਸ ਹੋ ਸਕਦੇ ਆ, ਪਹਿਲਾ ਹੈ। ਦੂਜੇ ਸਿੰਪਟਮ ਹੁੰਦੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਸਿਸਟੈਮਿਕ ਸਿੰਪਟਮ, ਜਿਹਨਾਂ ਦਾ ਜ਼ਰੂਰੀ ਨਹੀਂ ਕਿ ਜਿਸ ਪਾਰਟ ਤੋਂ ਸਟਾਰਟ ਹੋਏ ਉਹਦੇ ਤੇ ਅਫੈਕਟ ਹੋਏ। ਪੇਸ਼ੈਂਟਸ ਵੀਕਨੈਸ ਫੀਲ ਕਰ ਸਕਦੇ ਆ, ਤੇ ਵੇਟ ਲੋਸ ਹੋਣਾ, ਵਜ਼ਨ ਘਟਣਾ,
ਭੁੱਖ ਨਹੀਂ ਲੱਗਣਾ, ਇਹ ਕਾਫੀ ਕਾਮਨ ਸਿੰਪਟਮ ਦੇਖੇ ਜਾਂਦੇ ਨੇ। ਕਈ ਪੇਸ਼ੈਂਟਸ ਨੂੰ ਥੋੜ੍ਹਾ ਥੋੜ੍ਹਾ ਟੈਂਪਰੇਚਰ ਹੁੰਦਾ, ਜਿਵੇਂ ਫੀਵਰ ਵਰਗਾ ਲੱਗਦਾ, ਜਿਵੇਂ ਕਿ ਮੈਨੂੰ ਫੀਵਰ ਹੋ ਰਿਹਾ, ਪਤਾ ਨਹੀਂ ਚੱਲ ਰਿਹਾ। ਕਈਆਂ ਨੂੰ ਪਸੀਨਾ ਬਹੁਤ ਆਉਂਦਾ ਹੈ, ਤੇ ਇਸ ਤਰ੍ਹਾਂ ਦੀ ਚੀਜ਼ਾਂ ਦੇਖੀ ਜਾ ਸਕਦੀਆਂ। ਕੋਈ ਬੋਨ ਪੇਨਸ ਹੋਏ, ਹੱਡੀਆਂ 'ਚ ਦੁਖਣਾ, ਸਿਵੀਅਰ ਦਰਦ ਹੋਣਾ, ਉਹ ਹੋ ਸਕਦਾ ਹੈ। ਕਈ ਵਾਰ ਅਗਰ ਕੈਂਸਰ ਕਿੱਥੇ ਸਪਰੈਡ ਹੋਏ ਬਾਡੀ ਦੇ ਪਾਰਟ ਤੇ, ਤੇ ਉਹਦਾ ਵੀ ਅਸਰ ਹੋ ਸਕਦਾ, ਜਿਵੇਂ ਬ੍ਰੇਨ ਤੇ ਸਪਰੈਡ ਹੋਏ ਤੇ ਕਈਆਂ ਨੂੰ ਮਿਰਗੀ ਹੋ ਜਾਂਦੀ, ਸੀਜ਼ਰ ਹੋ ਜਾਂਦਾ, ਜਾਂ ਸਟ੍ਰੋਕ ਵਰਗਾ ਸਿਮਟਮ, ਕਿਸੇ ਬਾਡੀ ਦੇ ਪਾਰਟ ਦੀ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਬੋਲ ਨਹੀਂ ਸਕਣਾ ਜਾਂ ਵੀਕਨੈਸ ਹੋਣਾ। ਕਈਆਂ ਨੂੰ ਉਸ ਜਿਸ ਪਾਰਟ ਤੇ ਇਫੈਕਟ ਕਰੇ ਉਹਦੇ ਹਿਸਾਬ ਨਾਲ ਸਿਮਟਮ ਹੋ ਸਕਦੇ। ਸੋ ਲੋਕਲ ਸਿਮਟਮ ਤੇ ਵੇਟ ਲਾਸ, ਭੁੱਖ ਨਹੀਂ ਲੱਗਣਾ, ਅਨੀਮੀਆ ਹੋ ਜਾਣਾ, ਅਨਐਕਸਪਲੇਨਡ ਅਨੀਮੀਆ ਹੋਣਾ, ਖੂਨ ਦੀ ਕਮੀ ਹੋਣਾ, ਪੇਲ ਹੋ ਜਾਣਾ, ਇਹ ਕਾਮਨ ਦਿਖਦੇ ਆ ਸਿਮਟਮਸ। ਡਾਕਟਰ ਸਾਹਿਬ, ਆਪਾਂ ਜਿਵੇਂ ਕਹਿੰਦੇ ਹਾਂ ਕਿ ਵੀ ਵੂਮੈਨਸ ਨੂੰ ਇੱਕ ਵਾਰੀ ਸਾਲ ਦੇ ਵਿੱਚ ਮੈਮੋਗ੍ਰਾਮ ਜ਼ਰੂਰ ਕਰਾਉਣਾ ਚਾਹੀਦਾ ਹੈਗਾ, ਅਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਆਪਾਂ ਸਕਰੀਨਿੰਗ ਕਰਦੇ ਹਾਂ ਵੀ ਕਿਹੜੇ ਕਿਹੜੇ ਤਰ੍ਹਾਂ ਦੀਆਂ ਸਕਰੀਨਿੰਗ ਕਰਾਉਣੀ ਚਾਹੀਦੀ ਹੈ, ਇੱਕ ਚਾਹੇ ਉਹ ਮੇਲ ਹੋਵੇ ਅਤੇ ਚਾਹੇ ਉਹ ਫੀਮੇਲ ਹੋਵੇ, ਚਾਹੇ ਬੰਦਾ ਹੋਵੇ ਚਾਹੇ ਜਨਾਨੀ ਹੋਵੇ, ਉਹਨਾਂ ਨੂੰ ਮਤਲਬ ਕਿ ਬਹੁਤ ਜ਼ਰੂਰੀ ਹੈ ਹਰ ਸਾਲ ਆਪਣੀ ਸਕਰੀਨਿੰਗ ਕਰਾਉਣਾ, ਅਤੇ ਕਿੰਨੀ ਏਜ ਤੋਂ ਉੱਪਰ ਜਾ ਕੇ ਉਹਨਾਂ ਨੂੰ ਕਰਾਉਣਾ ਚਾਹੀਦਾ ਹੈਗਾ? ਠੀਕ। ਤੇ ਕੁਝ ਕੁਝ ਸਕਰੀਨਿੰਗ ਗਾਈਡਲਾਈਨਸ ਥੋੜੀ ਹਰ ਕੰਟਰੀ ਦੇ ਹਿਸਾਬ ਨਾਲ ਵੀ ਥੋੜੀ ਵੇਰੀਏਬਲ ਹੁੰਦੀਆਂ ਨੇ, ਪਰ ਇਨ ਜਨਰਲ ਜਿਹੜਾ ਹੈਗਾ ਹੈ ਕਿ ਕਈ ਕੈਂਸਰ ਦੀ ਸਕਰੀਨਿੰਗ ਕਾਫੀ ਵੈਲੀਡੇਟ ਹੋਈ ਆ ਪਈ, ਯਾਨੀ ਕਿ ਉਹਨਾਂ ਦਾ ਪਤਾ ਹੈ ਕਿ ਸਾਨੂੰ ਇਹ ਸਕਰੀਨਿੰਗ ਜੋ ਹੈਗੀਆਂ ਨੇ ਇਹ ਵਰਕ ਕਰਦੀਆਂ ਨੇ। ਮਤਲਬ ਇਹ ਸਾਨੂੰ ਹਰ ਕੈਂਸਰ ਲਈ ਸਾਡੇ ਕੋਲ ਸਕਰੀਨਿੰਗ ਟੈਸਟ ਨਹੀਂ ਹੈ। ਤਾਂ ਪਹਿਲੀ ਗੱਲ ਹੈ ਕਿ ਹਰ ਕੈਂਸਰ ਦੀ ਸਕਰੀਨਿੰਗ ਅਨਫੋਰਚੂਨੇਟਲੀ ਨਹੀਂ ਹੈ ਸਾਡੇ ਕੋਲ, ਪਰ ਕਈ ਕਈ ਕੈਂਸਰ ਜਿਵੇਂ ਬ੍ਰੈਸਟ ਕੈਂਸਰ ਲਈ ਮੈਮੋਗ੍ਰਾਮ ਜਿਵੇਂ ਤੁਸੀਂ ਕਿਹਾ, ਤੇ 40 ਸਾਲ ਤੋਂ ਉੱਪਰ ਦੀ ਲੇਡੀਜ਼ ਨੂੰ ਕਰਾਉਣਾ ਚਾਹੀਦਾ ਹੈ, ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੋਏ, ਜਿਨ੍ਹਾਂ ਦੀ ਆਪਣੀ ਫੈਮਿਲੀਜ਼ ਵਿੱਚ ਬ੍ਰੈਸਟ ਦਾ ਕੈਂਸਰ ਜਾਂ ਓਵਰੀ ਜੋ ਕਿ ਫੀਮੇਲ ਆਰਗਨ ਦੇ ਹੁੰਦੇ ਆ, ਜੋ ਆਪਣੀ ਉਹਨਾਂ ਦਾ ਹੀ ਕੋਈ ਪ੍ਰੋਬਲਮ ਹੋਏ, ਤੇ ਉਹਨਾਂ ਨੂੰ ਕਈ ਵਾਰ ਜਲਦੀ ਸਕਰੀਨਿੰਗ ਵੀ ਕਰਨੀ ਪੈ ਸਕਦੀ ਹੈ। ਤੇ 40 ਇਅਰਸ ਤੋਂ ਬਾਅਦ ਬੇਸਡ ਔਨ ਕਿ ਤੁਹਾਡੀ ਕਿਵੇਂ ਦੀ ਬ੍ਰੈਸਟ ਡੈਂਸਿਟੀ ਹੈ, ਜਦੋਂ ਟੈਸਟ ਕਰਦੇ ਤੁਹਾਨੂੰ ਦੱਸ ਸਕਦੇ ਕਿ ਤੁਹਾਨੂੰ ਕਿੰਨੀ ਫ੍ਰੀਕੁਐਂਟਲੀ ਕਰਾਉਣਾ ਚਾਹੀਦਾ ਹੈ। ਐਟਲੀਸਟ ਵਨਸ ਈਅਰ ਫੋਰ ਮੋਸਟ ਪੀਪਲ ਮੈਂ ਰੈਕਮੈਂਡ ਕਰਾਂਗੀ, ਕਈ ਲੋਕ ਐਵਰੀ ਅਦਰ ਈਅਰ ਵੀ ਰੈਕਮੈਂਡ ਕਰਦੇ ਕਿ ਟਿਸ਼ੂ ਦੇ ਹਿਸਾਬ ਨਾਲ ਤੇ ਫੈਮਿਲੀ ਹਿਸਟਰੀ ਤੇ ਰਿਸਕ ਦੇ ਹਿਸਾਬ ਨਾਲ, ਪਰ ਵਨਸ ਈਅਰ ਮੈਮੋਗ੍ਰਾਮ। ਸੈਕਿੰਡ ਜੋ ਹੈਗਾ ਹੈ ਕੋਲਨ ਕੈਂਸਰ, ਜੋ ਕਿ ਦੁਨੀਆ 'ਚ ਵੀ ਸੈਕਿੰਡ ਹਾਈਐਸਟ ਕੈਂਸਰ ਦੇ ਜਾਂਦਾ ਹੈ, ਕੋਲਨ ਕੈਂਸਰ ਦੀ ਸਕਰੀਨਿੰਗ ਜ਼ਰੂਰ ਕਰਨੀ ਚਾਹੀਦੀ ਹੈ, ਜੋ ਕਿ ਕੋਲੋਨੋਸਕੋਪੀ ਨਾਲ ਕਰਦੇ ਨੇ, ਜੋ ਕਿ ਤੁਸੀਂ ਆਪਣੇ ਗੈਸਟਰੋ ਦੇ ਡਾਕਟਰ, ਜੋ ਸਟਮਕ ਪੇਟ ਦੇ ਡਾਕਟਰ ਹੁੰਦੇ ਉਹਨਾਂ ਕੋਲ ਜਾਓ, ਤੇ ਉਹ ਤੁਹਾਡੀ ਸਕੋਪ ਕਰਕੇ ਅੰਦਰ ਕੈਮਰਾ ਪਾ ਕੇ ਦੇਖ ਸਕਦੇ ਹਨ ਕਿ ਕੈਂਸਰ ਦਿਖਾਈ ਤੇ ਨਹੀਂ ਦੇ ਰਿਹਾ। ਤੇ ਹਾਜੀ ਜੋ ਅੱਜ ਤੱਕ ਸਕਰੀਨਿੰਗ ਕਰਦੇ ਅਸੀਂ 50 ਐਂਡ ਅਬਵ ਕਰਦੇ ਹਾਂ, ਪਰ ਯੰਗ ਕੋਲਨ ਕੈਂਸਰ ਪੇਸ਼ੈਂਟਸ, ਜੋ ਕਿ 50 ਸਾਲ ਤੋਂ ਥੱਲੇ ਵਾਲੇ ਬੰਦਿਆਂ 'ਚ ਵੀ ਕਾਫੀ ਜ਼ਿਆਦਾ ਅੱਜ ਕੱਲ੍ਹ ਕੋਲਨ ਕੈਂਸਰ ਦੇਖਿਆ ਜਾ ਰਿਹਾ, ਕਿਉਂਕਿ ਸਾਡੀ ਡਾਇਟਸ ਬਹੁਤ ਚੇਂਜ ਹੋ ਗਈਆਂ, ਕਾਫੀ ਪ੍ਰੋਸੈਸ ਫੂਡ ਹੋ ਗਿਆ। ਤੇ ਨਵੀਂ ਰੈਕਮੈਂਡੇਸ਼ਨ ਜੋ ਇਨਕਰੇਜ ਕਰਦੀਆਂ ਪਈਆਂ ਇਸ ਸਾਲ ਤੋਂ ਅਮਰੀਕਾ 'ਚ ਵੀ ਜੋ ਕਾਫੀ ਫੋਲੋ ਹੋ ਰਹੀਆਂ, ਉਹ 45 ਐਂਡ ਅਬਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹ ਜ਼ਰੂਰ ਕਰੀਏ। ਸਟੂਲ ਟੈਸਟ ਵੀ ਆਉਂਦੇ ਨੇ, ਜੋ ਕਿ ਟੈਸਟ ਕਰ ਸਕਦੇ ਹਨ ਕਿ ਤੁਹਾਡੇ ਸਟੂਲ ਤੁਹਾਡੇ ਬਾਥਰੂਮ ਦੇ ਸੈਂਪਲ ਦੇ ਅੰਦਰ ਵੀ ਕਈ ਵਾਰ ਉਹ ਡਿਟੈਕਟ ਕਰ ਸਕਦੇ ਜੀਨਸ, ਜੋ ਕਿ ਜਿਹਦੇ ਨਾਲ DNA ਡਿਟੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਇੰਨੀ ਰੈਡੀਲੀ ਅਵੇਲੇਬਲ ਹਰ ਜਗ੍ਹਾ ਨਹੀਂ ਹੈ, ਪਰ ਕੋਲੋਨੋਸਕੋਪੀ ਡੈਫੀਨੇਟਲੀ ਹੈਗੀ ਹੈ। ਥਰਡ ਜੋ ਅਸੀਂ ਸਕਰੀਨਿੰਗ ਜੋ ਕਰਦੇ ਹਾਂ ਵਿਮੈਨ ਲਈ ਕਰਦੇ ਹਾਂ, ਉਹ ਕਿ ਪੈਪਸਮੇਅਰ ਦੀ ਸਕਰੀਨਿੰਗ ਹੁੰਦੀ ਹੈ, ਜੋ ਕਿ ਸਰਵਿਕਸ ਦਾ ਕੈਂਸਰ ਹੁੰਦਾ, ਜੋ ਕਿ ਯੂਟਰਸ ਦੇ ਨਾਲ ਦੇਖਿਆ ਜਾਂਦਾ, ਉਹ ਵੀ ਤੁਹਾਡੇ ਜੋ ਗਾਇਨਕੋਲੋਜੀ ਦੇ ਡਾਕਟਰ ਨੇ ਉਹ ਬੜਾ ਸਿੰਪਲ ਇੱਕ ਪੈਪਸਮੇਅਰ ਕਰ ਸਕਦੇ ਹੈ। ਤੁਹਾਡੀ ਏਜ ਦੇ ਹਿਸਾਬ ਨਾਲ, ਤੁਹਾਡੀ ਹੋਰ ਰਿਸਕ ਫੈਕਟਰ ਦੇ ਹਿਸਾਬ ਨਾਲ ਡਾਕਟਰ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਹਰ ਸਾਲ ਚਾਹੀਦਾ ਹੈ ਕਿ ਨਹੀਂ ਚਾਹੀਦਾ, ਐਵਰੀ 3 ਈਅਰ ਚਾਹੀਦਾ, ਉਹਦੇ 'ਤੇ ਡਿਸਾਈਡ ਹੁੰਦਾ ਤੁਹਾਡੀ ਏਜ ਦੇ ਰਿਸਕ ਫੈਕਟਰਸ ਨਾਲ। ਇੱਕ ਜੋ ਨਵਾਂ ਕੈਂਸਰ ਹੋਰ ਸਕਰੀਨਿੰਗ ਇੱਥੇ ਕਾਫੀ ਕਰੀ ਜਾ ਰਹੀ ਹੈ, ਜੋ ਕਿ ਸਮੋਕਰਸ ਹੈਗੇ ਹੈ, ਜੋ ਸਿਗਰਟ ਸਮੋਕਰਸ ਹੈ, ਉਹਨਾਂ ਲਈ ਲੰਗ ਕੈਂਸਰ ਦੇ ਲਈ ਸਕੈਟ ਸਕੈਨ ਦੀ ਸਕਰੀਨਿੰਗ ਕਾਫੀ ਹੁਣ ਅਪਰੂਵਡ ਹੈਗੀ ਹੈ ਇੱਥੇ ਤੇ। ਤੇ ਉਹਨਾਂ ਨੂੰ ਐਨੂਅਲ ਕੈਟ ਸਕੈਨ, ਅਗਰ ਤੁਸੀਂ ਅਸਰਟਨ ਅਮਾਊਂਟ ਸਮੋਕਿੰਗ ਕੀਤੀ ਹੋਏ, 15 ਸਾਲ ਤੋਂ ਉੱਪਰ ਕੀਤੀ ਹੋਏ, ਤੇ ਤੁਹਾਨੂੰ ਜ਼ਰੂਰ ਕੰਸਿਡਰ ਕਰਨਾ ਚਾਹੀਦਾ ਇੱਕ ਪੈਕ ਡੇ ਦਾ, ਅਗਰ ਤੁਸੀਂ ਲੌਂਗ ਟਰਮ ਸਮੋਕਰ ਹੋ ਤੇ ਜ਼ਰੂਰ ਕਰਨਾ ਚਾਹੀਦਾ ਹੈ। ਉਹਦੇ ਇਲਾਵਾ ਇੰਡੀਆ 'ਚ ਤੰਬਾਕੂ ਚੂ ਕਰਨ ਦੇ ਨਾਲ ਓਰਲ ਜੋ ਕੈਂਸਰਸ ਹੁੰਦੇ ਉਹਨਾਂ ਦੀ ਕਾਫੀ ਰਿਸਕ ਹੁੰਦਾ, ਤੇ ਅਗਰ ਤੁਸੀਂ ਇੱਕ ਡੈਂਟਿਸਟ ਕੋਲ ਰੈਗੂਲਰਲੀ ਜਾਓ ਤੇ ਤੁਹਾਡੀ ਜੋ ਮਾਊਥ ਦੀ ਇਨਸਪੈਕਸ਼ਨ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਓਰਲ ਕੈਂਸਰ ਸਕਰੀਨਿੰਗ, ਜੋ ਕਿ ਦੇਖ ਕੇ ਕੁਝ ਦਿਖਾਈ ਦੇ ਰਿਹਾ ਤੇ ਉਹਦੀ ਬਾਇਓਪਸੀ ਲਈ ਦਿਖਾਈ, ਇਹ ਕਾਫੀ ਕਾਮਨ ਜੋ ਕੀਤੇ ਜਾ ਸਕਦੇ ਨੇ ਤੇ ਜ਼ਰੂਰ ਕਰਨੇ ਚਾਹੀਦੇ ਹੈ ਜੀ। ਡਾਕਟਰ ਸਾਹਿਬ,
मैं अच्छ कलर की तुम गल की मैं कलर की गल की तेरे ना कलर की गल करी हाँ कि ये कलर भी तुम एज ए कैंसर नू प्रेजेंट करने वास्ते वक् वक् रंगा नाल क्योंकि जो आप ब्रेस्ट कैंसर ने आईए तो वो पिंक हो जाता हैगा हाँ जी ते कोलन ते ब्लू हो जाता है। यदा कोई पर्टिकुलर रीजन है कि जस्ट ब्लू प्रेजेंट अ मेल और पिंक प्रेजेंट अ फीमेल ऐसा कुछ हैगा? आई थिंक तुहाडा पॉइंट बड़ा वैलीडेटेड है। कैंसर दे रिबन्स होंगे जो कि तुसी देखे होंगे रिबन्स एज बनाए होंगे उन्होंने क्रॉस करके। दे रिबन्स डिफरेंट कलर दे हैं काफी इसलिए बनाया कि कहीं जो कलर नु देख के पहचान लिता जावे। ते पिंक हाँ जी ब्रेस्ट करके फीमेल करके ब्लू कोलन लिए यूज करते हैं। पर मैं तुहानू ए भी दसा कि ब्लू का एक डिफरेंट शेड प्रोस्टेट कैंसर लिए भी यूज होंगे जो कि मेल्स का कैंसर है ओदे लिए भी एक डिफरेंट शेड ऑफ ब्लू यूज होंगे। लंग लिए डिफरेंट कलर यूज होंगे। मेलानोमा जो स्किन का कैंसर है उसके लिए ब्लैक यूज होता है। सो एक्चुअली एक बड़ी लंबी लिस्ट है ये रिबन्स की सानू याद करना पड़ता है कई बार कि पाइए कि इस महीने केड़ा है थोड़ा यू नो इट क्योंकि जिवें तुसी मैंने देख के पूछा तुसी क्यों पाया या तुसी क्यों लगाया यू नो क्लिप क्यों लगाया। तो कई बार पेशेंट्स भी सानू पूछते हैं इसी तरह। तो इन अ स्मॉल वे तुसी एक गलबात शुरू करके तुसी दस दो मैं इसलिए पाया क्योंकि कोलन कैंसर अवेयरनेस है तुसी भी जरूर करो। इनफैक्ट कई कई जगह में इवेंट्स होते हैं कि मार्च के फर्स्ट फ्राइडे नूं असी पाने हैं ड्रेस इन ब्लू डे होता है पूरा नेशन का। सो एटलीस्ट यू नो उवें दी चीज़ अगर तुसी करते हो तो अवेयरनेस रेज होती है कि लोग जिवें अक्टूबर नूं इत्थे पिंक ब्रेस्ट कैंसर अवेयरनेस मंथ मनिया जी जाता है। सो अगर जी इस तरह की थोड़ी कोई सेलिब्रेशन हो जाए तो बंदे नूं रिमाइंड हो जाता है कि हाँ मैनू करानी स्क्रीनिंग। तो मैंने आई थिंक जी इट ठीक हेल्प्स। जी डॉक्टर साहब एक गल होर है मेरे जहन के विच आई है कि आप जदों किसी नूं कोई ब्रेस्ट की प्रॉब्लम होंदी है या जदों लेडीज मेनोपॉज से जांदियां ने उन्हां नूं एस्ट्रोजन दे दित्ती जांदी है ते एस्ट्रोजन एकदम थोड़ी ब्रेस्ट के विच कैंसर क्रिएट कर देती है कि मैं इत्थे सही हैगी हाँ? तो गल पार्शली ठीक है बंजू जी क्योंकि ब्रेस्ट कैंसर जो होंगे एस्ट्रोजन ज्यादातर पॉजिटिव होंगे एस्ट्रोजन रिसेप्टर के नाल ग्रो करते हैं। ब्रेस्ट जी कैंसर नू एस्ट्रोजन का जो हार्मोन है वो स्टिमुलेट होंगे वो अगर जी तुसी एक्स्ट्रा एस्ट्रोजन लेंदे हो बाय माउथ या जिवें कई बार पैचेस लगाते हैं लोग तो अगर तुसी वो लेंदे हो एक्स्ट्रा एस्ट्रोजन सॉरी लेंदे हो वो तुहाडी बॉडी नू डेफिनेटली अफेक्ट करे कि वो एस्ट्रोजन का अमाउंट ब्लड विच रेज हो जाता है तो वो ब्रेस्ट सेल्स नू भी ज्यादा मिलता है। जरूरी नहीं कि हर टाइप का ब्रेस्ट कैंसर एस्ट्रोजन रिसेप्टर पॉजिटिव होए बट मोस्ट जिहड़े मेजोरिटी जो है ज्यादातर ब्रेस्ट कैंसर जो है एस्ट्रोजन पॉजिटिव होंगे। दूजी चीज यह भी जरूरी नहीं है कि हर कोई जो परसन जो एस्ट्रोजन हार्मोन ले उन्होंने ब्रेस्ट कैंसर हो जाएगा पर डेफिनेटली रिस्क बढ़ जाता है। सो इसलिए मिनिमल अमाउंट और अवॉइडिंग जरा बहुत इंपॉर्टेंट है ते अगर तुसी ले रहे हो ते प्रॉपर स्क्रीनिंग करना बहुत जरूरी है। डॉक्टर साहब अगर तुसी एक पेशेंट नू एस्ट्रोजन प्रोवाइड कीती है ते तुसी ओनू की कहंदे हो कि भई तुसी किवें अपने आप नू वाच करो किस तरह अपने आप नू नाल दी नाल तुसी दवाई भी लै रहे हो इहदा साइड इफेक्ट भी है कि तुसी ओनू दस देंदे हैगे हो पहलां? पहले मंजू जी मैं दसा एज अ कैंसर डॉक्टर मैं किसी को एस्ट्रोजन नहीं देती अच्छा सो आई नो बड़ी कि चंगी गल बिकॉज़ है, बड़ी चंगी गल है। मैंने थोड़ा यू नो क्योंकि रिस्क होता है तो मैं डिस्कस बहुत कर दिया। तो ऑफ कोर्स साडे कई पेशेंट्स होंगे ऐसा नहीं कह सकते कि किसी को नहीं देती। मे बी इन द लास्ट 10 ईयर्स एक पेशेंट को मैं दिता है जो कि उन्होंने डिफरेंट काइंड ऑफ कैंसर सीगा जो कि उन्होंने रिस्पॉन्स नहीं करता सी। पर एक एक लेडी लिए उसकी क्वालिटी ऑफ लाइफ भी बहुत इंपॉर्टेंट होंगी। जब असी कैंसर की गल करते हैं तो दो चीज़ा आदि है लाइफ में जिन्होंने असी एज कैंसर डॉक्टर बैलेंस करते हैं। एक होंगे असं कहते हैं क्वांटिटी ऑफ लाइफ कि किन्ना तुसी जी रहे हो तो क्वालिटी ऑफ लाइफ कि जो तुसी जी रहे हो जिंदगी जीन लाइक भी होनी चाहिए जिन्होंने कहते हैं ना जिंदगी जीन लिए होनी चाहिए। तो उन्होंने चीज़ों का बैलेंस बहुत जरूरी है। तो अगर किसी को रिस्क बेनिफिट जिन्होंने कहने से अगर पेशेंट को पता समझाइए कि देखो तुहानू वध सकता है तुहाडा रिस्क ब्रेस्ट कैंसर होने का पर तुहाडी प्रॉपर स्क्रीनिंग जरूर की जाएगी। पर स्क्रीनिंग का मतलब यह नहीं कि असी प्रिवेंट कर रहे अगर तुसी एक्स्ट्रा हार्मोन लै रहे हो। अगर पेशेंट को अंडरस्टैंड करते हैं तो जस्ट लाइक असी लाइफ में सब चॉइसिस ऐसी ना ही मेक करते हैं डॉक्टर कि साहब
ਇਸ ਮੁੱਦੇ ਤੇ ਅਸੀਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ, ਇਹਨੂੰ ਕੰਟੀਨਿਊ ਕਰਾਂਗੇ। ਪਰ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਵੂਮੈਨਸ ਦਾ ਪੁਆਇੰਟ ਹੈਗਾ ਔਰ ਬਹੁਤ ਹੀ ਵਧੀਆ ਹੈ, ਤੇ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਕਿਸੇ ਵੀ ਧਰਮ ਜਾਤੀ ਸਮੁਦਾਇ ਨਾਲ ਕੋਈ ਮਤਲਬ ਨਹੀਂ ਹੈ, ਉਹ ਨਿਸ਼ਕਾਮ ਆਪਣੀ ਸੇਵਾ ਕਰਦੇ ਨੇ ਤੇ ਉਹ ਹੱਥ ਬੜੇ ਪਵਿੱਤਰ ਹੁੰਦੇ ਨੇ ਜਿਹੜੇ ਕਿ ਦੂਜਿਆਂ ਦੀ ਸੇਵਾ ਲਈ ਵੀ ਉੱਠਦੇ ਨੇ। ਤੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਆਪਣਾ ਐਸਟ੍ਰੋਜਨ ਦੇ ਉੱਤੇ, ਤੁਸੀਂ 10 ਸਾਲ ਦੇ ਵਿੱਚ ਆਪਣੀ ਪ੍ਰੈਕਟਿਸ ਦੇ ਵਿੱਚ ਕਿਸੇ ਵੂਮਨ ਨੂੰ ਐਸਟ੍ਰੋਜਨ ਪ੍ਰੋਵਾਈਡ ਨਹੀਂ ਕੀਤੀ, ਠੀਕ ਹੈ? ਇੱਕ ਨੂੰ ਕੀਤੀ ਇੱਕ ਨੂੰ ਕੀਤੀ ਸੀ ਕਿ ਉਹਨੂੰ ਉਹਨੂੰ ਜ਼ਰੂਰੀ ਹੈਗੀ ਹੈ। ਤੇ ਇਹਦਾ ਮਤਲਬ ਜਦੋਂ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਮੈਨੋਪੌਜ਼ ਦੇ ਵਿੱਚ ਲੇਡੀਜ਼ ਜਾਂਦੀਆਂ ਸਨ ਤਾਂ ਉਹ ਬਿਲਕੁਲ ਨੈਚੁਰਲ ਵੇ ਨਾਲ ਜਾਂਦੀਆਂ ਸਨ, ਬਿਲਕੁਲ ਰਾਈਟ? ਤੇ ਬਿਲਕੁਲ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਇਸ ਹਾਲਾਤ ਦੇ ਵਿੱਚ ਕੈਂਸਰ ਤੋਂ ਬਚਣ ਵਾਸਤੇ ਕੀ ਇਹ ਸਭ ਤੋਂ ਵੱਡਾ ਹੈਗਾ ਉਪਰਾਲਾ ਕਿ ਬਈ ਆਪਾਂ ਆਪਣੀ ਮੈਨੋਪੌਜ਼ ਨੂੰ ਨੈਚੁਰਲ ਵੇ 'ਚ ਲੈ ਕੇ ਜਾਈਏ, ਪਰ ਨਾਲ ਦੀ ਨਾਲ ਡਾਕਟਰ ਨੂੰ ਦਿਖਾਉਂਦੇ ਰਹੀਏ? ਹੋ ਸਕਦਾ ਹੈ ਸ਼ਾਇਦ ਤੁਹਾਨੂੰ ਕਿਤੇ ਜ਼ਰੂਰਤ ਪੈ ਜਾਏ, ਕਿਤੇ ਕਿਤੇ, ਨਾਟ ਐਵਰੀ ਟਾਈਮ। ਕੀ ਮੈਂ ਇੱਥੇ ਸਹੀ ਹੈਗੀ ਹਾਂ? ਬਿਲਕੁਲ ਮੰਜੂ ਜੀ, ਆਈ ਥਿੰਕ ਮਿਨੀਮਮ ਯੂਜ਼ ਜਿੰਨਾ ਕੀਤਾ ਜਾਏ ਉਹ ਬਹੁਤ ਅੱਛਾ, ਤੁਹਾਡੀ ਹੈਲਥ ਲਈ ਬੈਟਰ ਹੈ। ਅਤੇ ਸਕਰੀਨਿੰਗ ਕੀਤੀ ਜਾਏ, ਯਾਨੀ ਕਿ ਜਿਵੇਂ ਤੁਸੀਂ ਕਿਹਾ ਕਿ ਡਾਕਟਰ ਨੂੰ ਦਿਖਾਇਆ ਜਾਏ, ਚੈੱਕ ਕੀਤਾ ਜਾਏ, ਅਤੇ ਜਿੰਨਾ ਮਿਨੀਮਮ ਯੂਜ਼ ਹੋਏ, ਜਿੰਨਾ ਘੱਟ ਤੋਂ ਘੱਟ ਜਿਹਦਾ ਇਸਤੇਮਾਲ ਕੀਤਾ ਜਾਏ ਤਾਂ ਉਹ ਜ਼ਿਆਦਾ ਅੱਛਾ ਹੈ। ਬ੍ਰੈਸਟ ਕੈਂਸਰ ਦੇ ਹੋਰ ਵੀ ਰਿਸਕ ਫੈਕਟਰਸ ਹੈਗੇ, ਪਰ ਡੈਫੀਨੇਟਲੀ ਐਸਟ੍ਰੋਜਨ ਅਵੋਇਡੇਬਲ ਰਿਸਕ ਫੈਕਟਰ ਹੋ ਜਾਂਦਾ ਹੈ। ਜੀ ਜੀ ਡਾਕਟਰ ਸਾਹਿਬ, ਤਾਂ ਆਪਾਂ ਡੇਲੀ ਰੂਟੀਨ ਦੇ ਵਿੱਚ, ਡੇਲੀ ਲਾਈਫ ਦੇ ਵਿੱਚ ਆਪਾਂ ਕੀ ਕਰੀਏ ਕਿ ਕੋਈ ਇਸ ਤਰ੍ਹਾਂ ਦੇ ਸੁਝਾਅ ਜਾਂ ਕੋਈ ਉਪਾਅ ਹੈਗੇ ਨੇ ਕਿ ਆਪਣੇ ਆਪ ਨੂੰ ਅਸੀਂ ਕੈਂਸਰ ਤੋਂ ਬਚਾਈਏ? ਬਿਲਕੁਲ। ਤੇ ਉਹਦੀ ਤੁਸੀਂ ਮੰਜੂ ਜੀ, ਜਿਵੇਂ ਤੁਸੀਂ ਕਹਿ ਸਕਦੇ ਉਹਨੂੰ ਕਹਿ ਸਕਦੇ ਕਿ ਪ੍ਰੀਵੈਂਸ਼ਨ, ਕਿ ਕਿਸ ਤਰ੍ਹਾਂ ਹਾਂਜੀ ਬਚਾਇਆ ਜਾ ਸਕੇ। ਹਾਂਜੀ, ਪ੍ਰੀਵੈਂਸ਼ਨ ਵਿੱਚ ਵੀ ਅਸੀਂ ਦੋ ਸਟ੍ਰੈਟਜੀ ਕਹਿੰਦੇ ਹਾਂ ਕਿ ਅਸੀਂ ਕਹਿੰਦੇ ਹਾਂ ਪ੍ਰਾਇਮਰੀ, ਜੋ ਕਿ ਤੁਸੀਂ ਬੇਸਿਕਲੀ ਜੋ ਤੁਸੀਂ ਬਚਾਅ ਲਈ ਕਰ ਸਕਦੇ ਹੋ, ਤੇ ਇੱਕ ਸੈਕੰਡਰੀ ਵੀ ਹੈਗੀ ਹੈ ਕਿ ਜਿਵੇਂ ਅਗਰ ਤੁਹਾਨੂੰ ਕੁਝ ਪ੍ਰੋਬਲਮ ਹੋਏ ਤੇ ਬਿਲਕੁਲ ਚੈੱਕ ਕਰਾਇਆ ਜਾਏ। ਤੇ ਸਕਰੀਨਿੰਗ ਨੂੰ ਮੈਂ ਡੈਫੀਨਿਟਲੀ ਪਹਿਲੇ ਲਗਾਉਣਾ ਚਾਹੁੰਦੀ, ਕਿਉਂਕਿ ਅਸੀਂ ਇੰਡੀਆ 'ਚ ਸਾਡੀ ਪ੍ਰੋਬਲਮ ਹੈ ਕਿ ਅਸੀਂ ਨਹੀਂ ਜਾਣਦੇ, ਮਤਲਬ ਕਿ ਜਦ ਤੱਕ ਸਾਨੂੰ ਤਕਲੀਫ ਨਾ ਹੋਏ ਅਸੀਂ ਡਾਕਟਰ ਕੋਲ ਦਿਖਾਉਣ ਨਹੀਂ ਜਾਂਦੇ, ਜਦ ਤੱਕ ਪ੍ਰੋਬਲਮ ਨਹੀਂ ਹੈ ਤੇ ਕਿਉਂ ਜਾਇਆ ਜਾਏ। ਤੇ ਪ੍ਰੋਬਲਮ ਨੂੰ ਅਗਰ ਬਚਾਉਣਾ ਹੈ ਤੇ ਕੈਂਸਰ ਵਰਗੀ ਪ੍ਰੋਬਲਮ ਨੂੰ ਬਚਾਉਣਾ ਹੈ ਤੇ ਰੂਟੀਨ ਵਿੱਚ ਡਾਕਟਰ ਕੋਲ ਚੈੱਕ ਕਰਾਉਣਾ ਤੇ ਸਕਰੀਨਿੰਗ ਕਰਾਉਣਾ ਸਭ ਤੋਂ ਪਹਿਲੀ ਚੀਜ਼, ਇਸ ਲਈ ਮੈਂ ਉਹਨੂੰ ਐਡ ਕਰਨਾ ਚਾਹਾਂਗੀ। ਕਿਉਂਕਿ ਸੈਲਫ ਇਲਾਜ ਨਾ ਕੀਤਾ ਜਾਏ, ਇਹ ਨਾ ਹੋਏ ਕਿ ਪ੍ਰੋਬਲਮ ਹੋਏ ਤੇ ਜਾਇਆ ਜਾਏ, ਪ੍ਰੋਬਲਮ ਹੋਣ ਤੋਂ ਪਹਿਲੇ ਹੀ ਜਾ ਕੇ ਚੈੱਕ ਕਰਾਇਆ ਜਾਏ ਤਾਂ ਕਿ ਪ੍ਰੋਬਲਮ ਨਾ ਹੋਏ। ਦੂਜੀ ਚੀਜ਼ ਪ੍ਰੀਵੈਂਸ਼ਨ ਲਈ ਜੋ ਤੁਸੀਂ ਕਹਿ ਰਹੇ ਹੋ ਕਿ ਜੋ ਡੇ ਟੂ ਡੇ ਅਸੀਂ ਕੀ ਕਰ ਸਕਦੇ ਹਾਂ, ਉਹ ਹੈਗੀਆਂ ਦੋ ਚੀਜ਼ਾਂ ਜੋ ਕਾਫੀ ਇੰਪੋਰਟੈਂਟ ਹੋ ਗਈਆਂ, ਡਾਇਟ ਐਂਡ ਐਕਸਰਸਾਈਜ਼। ਤੇ ਅਗਰ ਅਸੀਂ ਆਪਣਾ ਸਭ ਤੋਂ ਇੰਪੋਰਟੈਂਟ ਕੌਜ਼ ਅੱਜ ਕੱਲ੍ਹ ਜੋ ਕੈਂਸਰ ਦਾ ਮੰਨਿਆ ਜਾ ਰਿਹਾ ਹੈਗਾ, ਉਹ ਹੈਗਾ ਓਬੀਸਿਟੀ, ਯਾਨੀ ਕਿ ਮੋਟਾਪਾ। ਜੀ, ਤੇ ਦੂਜੀ ਚੀਜ਼ ਜਿਹਨੂੰ ਕੀਤਾ ਜਾਂਦਾ ਕਿ ਸੈਡੈਂਟਰੀ ਲਾਈਫ ਸਟਾਈਲ, ਕਿ ਅਸੀਂ ਹਿਲਦੇ ਘੱਟ ਆ, ਚਲਦੇ ਘੱਟ ਆ, ਐਕਟਿਵ ਘੱਟ ਹੈਗੇ ਆ, ਕਿਉਂਕਿ ਸਾਰਾ ਕੁਝ ਕੰਪਿਊਟਰ ਬੇਸਡ ਹੋ ਗਿਆ, ਸਾਰਾ ਕੁਝ ਸਾਡੀ ਫਿੰਗਰ ਟਿਪਸ ਤੇ ਹੋ ਗਿਆ। ਫੋਨ ਤੇ ਅਸੀਂ ਊਬਰ ਬੁਲਾ ਲੈਂਦੇ ਹਾਂ, ਫੋਨ ਤੇ ਅਸੀਂ ਖਾਣਾ ਮੰਗਾ ਲੈਂਦੇ ਹਾਂ, ਸਭ ਕੁਝ ਫੋਨ ਤੇ ਹੁੰਦਾ, ਤੇ ਚੱਲਣ ਦੀ ਲੋੜ ਹੀ ਨਹੀਂ, ਕਿਤੇ ਜਾਣ ਦੀ ਲੋੜ ਬਹੁਤ ਘੱਟ ਹੋ ਗਈ ਹੈ। ਤੇ ਉਹ ਜੋ ਹੈ, ਤੇ ਜਾਂ ਅਸੀਂ ਜਾਂਦੇ ਵੀ ਹਾਂ ਤੇ ਅਸੀਂ ਕਾਰ ਵਿੱਚ ਹੀ ਜਾਂਦੇ, ਯੂ ਨੋ, ਲਾਈਕ ਫਿਜ਼ੀਕਲ ਵਾਕਿੰਗ ਜਾਂ ਕਿ ਬਾਈਕਿੰਗ ਜਾਂ ਸਾਈਕਲ ਚਲਾਉਣਾ, ਇਹ ਸਭ ਚੀਜ਼ਾਂ ਨਹੀਂ ਰਹੀਆਂ, ਉਨੀ ਐਕਟੀਵਿਟੀ ਨਹੀਂ ਰਹੀ। ਤੇ ਓਬੀਸਿਟੀ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਅਸੀਂ ਬਹੁਤ ਓਬੀਜ਼ ਵੀ ਹੋਈਏ, ਪਰ ਇੱਕ ਚੀਜ਼ ਅੱਜ ਕੱਲ੍ਹ ਜੋ ਮੈਸ਼ਰ ਕੀਤੀ ਜਾਂਦੀ, ਉਹ ਕਹਿੰਦੇ ਬੋਡੀ ਮੈਸ ਇੰਡੈਕਸ, ਜੋ ਕਿ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡਾ ਕਿੰਨਾ ਵਜ਼ਨ ਹੋਣਾ ਚਾਹੀਦਾ, ਜੋ ਕਿ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਕਿ ਤੁਹਾਡੀ ਆਪਣਾ ਹਾਈਟ ਪਾਈ ਜਾਏ, ਵਜ਼ਨ ਪਾਇਆ ਜਾਏ, ਤੇ ਉਹ ਆ ਜਾਂਦਾ ਕਿ ਤੁਹਾਡਾ ਨੋਰਮਲ BMI ਕਿੰਨਾ ਹੋਣਾ ਚਾਹੀਦਾ। ਤੇ ਅਸੀਂ ਜੋ ਏਸ਼ੀਅਨਸ ਹੈਗੇ ਆ, ਇੰਡੀਅਨਸ ਹੈਗੇ ਆ, ਸਾਨੂੰ ਆਪਣਾ BMI ਥੋੜਾ ਹੋਰ ਘੱਟ ਵਾਲੇ ਪਾਸੇ ਰੱਖਣਾ ਪੈਂਦਾ, ਕਿਉਂਕਿ ਫਾਈਂਡ ਕੀਤਾ ਗਿਆ ਕਿ ਏਸ਼ੀਅਨਸ ਲਈ ਜੋ ਅਸੀਂ ਡਿਫਾਈਂਡ ਲਿਮਿਟ ਤੇ ਲੋਅਰ ਸਾਈਡ ਤੇ ਰਹੀਏ ਤੇ ਅੱਛਾ, ਯਾਨੀ ਕਿ ਥੋੜੇ ਪਤਲੇ ਰਹੀਏ ਤੇ ਹੋਰ ਅੱਛਾ ਸਾਡੇ ਸਭ ਲਈ, ਉਹ ਕੈਂਸਰ ਪ੍ਰੀਵੈਂਟ ਕਰ ਸਕਦੇ ਹਾਂ। ਸੋ ਐਕਸਰਸਾਈਜ਼, ਡਾਇਟ ਲਈ ਜਿਵੇਂ ਅਸੀਂ ਪਹਿਲੇ ਡਿਸਕਸ ਕੀਤਾ ਕਿ 50% ਪਲਾਂਟ ਬੇਸਡ, ਯਾਨੀ ਕਿ ਤੁਹਾਡੀ ਅੱਧੀ ਪਲੇਟ ਜਦ ਵੀ ਤੁਸੀਂ ਖਾਓ, ਜੋ ਵੀ ਮੀਲ ਲਓ, ਤੁਸੀਂ ਦੇਖੋ ਕਿ ਤੁਹਾਡੀ ਅੱਧੀ ਪਲੇਟ ਤੇ ਵੈਜੀਟੇਬਲਸ ਐਂਡ ਫਰੂਟਸ ਹੋਣੀ ਚਾਹੀਦੀ। ਬੜਾ ਈਜ਼ੀ ਤਰੀਕਾ ਹੈ ਵਿਜੂਅਲੀ ਦੇਖਣ ਦਾ, ਅੱਖਾਂ ਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਿ ਤੁਸੀਂ ਜੋ ਖਾ ਰਹੇ ਹੋ ਉਹ ਤੁਹਾਡੀ ਅੱਧੀ ਪਲੇਟ ਵਿੱਚ ਵੈਜੀਟੇਬਲਸ ਤੇ ਫਰੂਟਸ ਹੋਣ। ਇਹ ਨਾ ਹੋਏ ਕਿ ਅੱਧੀ ਪਲੇਟ ਰੋਟੀ ਤੇ ਚਾਵਲ ਹੋਏ, ਅੱਧੀ ਪਲੇਟ ਵੈਜੀਟੇਬਲਸ ਐਂਡ ਫਰੂਟ ਹੋਣੀ ਚਾਹੀਦੀ ਹੈ। ਤੇ ਉਸ ਤੋਂ ਇਲਾਵਾ ਤੁਸੀਂ ਬਾਕੀ ਜੋ ਪ੍ਰੋਟੀਨ ਸੋਰਸ, ਦਾਲ ਲੈ ਸਕਦੇ ਹੋ, ਜਾਂ ਤੁਸੀਂ ਅਗਰ ਐਗ ਜਾਂ ਜੋ ਵੀ ਤੁਸੀਂ ਪ੍ਰੋਟੀਨ ਦਾ ਇੱਕ ਸੋਰਸ ਲੈਣਾ ਉਹ ਲੈ ਸਕਦੇ ਹੋ।
ਤੇ ਬਾਕੀ ਪਾਰਟ ਜੋ 1/4 ਯਾਨੀ 1/4 ਹੀ ਖਾਲੀ ਪਲੇਟ ਦਾ ਜਿਵੇਂ ਤੁਸੀਂ ਚਾਰ ਹਿੱਸੇ ਕਰੋ ਤੇ ਅੱਧੀ ਪੂਰੀ ਸਾਈਡ ਤੁਹਾਡੀ ਵੈਜੀਟੇਬਲਸ ਵਗੈਰਾ ਹੀ ਹੋਣੀ ਚਾਹੀਦੀ ਹੈ ਤੇ 1/4 ਪਾਰਟ ਤੁਹਾਡਾ ਜੋ ਹੈਗਾ ਉਹ ਤੁਸੀਂ ਕੋਸ਼ਿਸ਼ ਕਰੋ ਕਾਰਬਸ ਵਾਲੇ ਪਾਸੇ ਹੋਏ ਤੇ ਉਹ ਇੱਕ ਅੱਛੀ ਵਿਜ਼ੂਅਲ ਤੁਸੀਂ ਦੇਖ ਕੇ ਆਪਣੇ ਆਪ ਨੂੰ ਡਿਸਾਈਡ ਕਰ ਸਕੋ ਕਿ ਤੁਸੀਂ ਠੀਕ ਪਾਸੇ ਰਹਿ ਰਹੇ ਹੋ ਕਿ ਨਹੀਂ ਤੇ ਇੱਕ ਬੜਾ ਅੱਛਾ ਪੁਆਇੰਟ ਤੁਸੀਂ ਕਰ ਸਕਦੇ ਜਿਵੇਂ ਤੁਸੀਂ ਕਿਹਾ ਕਿ ਬਾਹਰੋਂ ਖਾਣਾ ਜ਼ਿਆਦਾ ਹੋ ਰਿਹਾ ਤੇ ਉਹ ਅਵੋਇਡ ਕੀਤਾ ਜਾਏ ਕਿ ਜਿੰਨਾ ਅਸੀਂ ਆਪਣਾ ਹੋਮ ਬੇਸਡ ਕਰ ਸਕਦੇ ਹਾਂ ਆਪਣੇ ਘਰ ਬਣਾ ਕੇ ਜੋ ਤਾਜ਼ੀ ਰੋਟੀ ਸਬਜ਼ੀ ਬਣਾਈ ਜਾਏ ਤੇ ਉਹ ਡੈਫੀਨਿਟਲੀ ਬੈਟਰ ਹੈ। ਡਾਕਟਰ ਸਾਹਿਬ ਜਿੱਦਾਂ ਫੀਮੇਲ ਦਾ ਚੈੱਕਅਪ ਹੁੰਦਾ ਹੈ ਏਅਰਲੀ, ਤੁਸੀਂ ਆਪਣੇ ਪੇਸ਼ੈਂਟ ਨੂੰ ਰਿਕਮੈਂਡ ਕਰਦੇ ਹੋ ਮੇਲਸ ਨੂੰ ਕਿ ਹਰ ਸਾਲ ਉਹ ਵੀ ਆਪਣਾ ਫਿਜ਼ੀਕਲ ਕਰਾਉਣ, ਅਤੇ ਇਹ ਕਿੰਨਾ ਜ਼ਰੂਰੀ ਹੈਗਾ ਔਰ ਕਿੰਨੀ ਉਮਰ ਤੋਂ ਚਾਹੀਦਾ ਹੈਗਾ? ਤੇ ਐਕਚੁਅਲੀ ਮੰਜੂ ਜੀ ਉਮਰ ਦਾ ਤੇ ਹੈਗਾ ਕਿ ਹਰ ਇੱਕ ਨੂੰ ਆਪਣੀ ਸਕਰੀਨਿੰਗ ਲਈ ਜਾਣਾ ਚਾਹੀਦਾ ਕਿ ਹਰ ਐਡਲਟ ਨੂੰ ਜਾਣਾ ਚਾਹੀਦਾ, ਯਾਨੀ ਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ 40-50 ਸਾਲ ਦਾ ਹੋਊਂਗਾ ਤਾਂ ਜਾਣਾ ਚਾਹੀਦਾ, ਕਿਉਂਕਿ ਪ੍ਰੀਵੈਂਸ਼ਨ ਦੀ ਜੋ ਹੁੰਦੀ ਨਾ ਇੱਕ ਆਦਤ ਹੁੰਦੀ ਹੈ ਕਿ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਡਾਕਟਰ ਫਿਰ ਤੁਹਾਡਾ ਕੋਈ ਟੈਸਟ ਕਰਦਾ, ਬਲੱਡ ਪ੍ਰੈਸ਼ਰ ਚੈੱਕ ਕਰਦੇ ਹੈ, ਹਾਰਟ ਵਗੈਰਾ ਚੈੱਕ ਕਰਦੇ ਨੇ, ਕੋਲੈਸਟ੍ਰੋਲ ਚੈੱਕ ਕਰਦੇ ਨੇ, ਉਹ ਸਿੰਪਲ ਚੀਜ਼ਾਂ ਵੀ ਤੁਹਾਡੀ ਬਾਅਦ ਵਿੱਚ ਜੋ ਡਿਜ਼ੀਜ਼ ਹੋਣ ਨੂੰ ਪ੍ਰੀਵੈਂਟ ਕਰਦੀਆਂ ਨੇ। ਜੀ ਅਸੀਂ ਜਾਈਏ ਤੇ ਕੁਝ ਪ੍ਰੋਬਲਮ ਅਰਲੀ ਡਿਟੈਕਸ਼ਨ ਜਿਹੜੀ ਹੁੰਦੀ ਅਰਲੀ ਸਕਰੀਨਿੰਗ ਡਾਕਟਰ ਤੁਹਾਨੂੰ ਦੱਸ ਸਕਦਾ ਤੁਹਾਡੀ ਫੈਮਿਲੀ ਰਿਸਕ ਫੈਕਟਰਸ ਤੇ ਤੁਹਾਡੇ ਜੋ ਤੁਸੀਂ ਅਗਰ ਸਮੋਕ ਕਰ ਰਹੇ ਹੋ ਡਰਿੰਕ ਕਰ ਰਹੇ ਹੋ ਉਹਦੇ ਨਾਲ ਕੀ ਰਿਸਕ ਫੈਕਟਰਸ ਹੁੰਦੇ ਹੈ ਉਹਦੇ ਬੇਸਿਸ ਤੇ ਡਾਕਟਰ ਤੁਹਾਨੂੰ ਰਿਕਮੈਂਡ ਕਰ ਸਕਦਾ ਕਿ ਤੁਸੀਂ ਜਲਦੀ ਕੋਈ ਟੈਸਟ ਕਰਾਇਆ ਜਾਏ ਜਾਂ ਲੇਟ ਕਰਾਇਆ ਜਾਏ। ਤੇ ਇਸ ਲਈ ਜੋ ਐਜ਼ ਅ ਡਾਕਟਰ ਤੇ ਮੈਂ ਕਹਾਂਗੀ ਕਿ ਹਰ ਉਮਰ ਦੇ ਬੰਦੇ ਨੂੰ ਡਾਕਟਰ ਕੋਲ ਜਾਣਾ ਚਾਹੀਦਾ, ਪਰ ਡੈਫੀਨੇਟਲੀ ਅਗਰ ਤੁਸੀਂ 40 ਤੋਂ ਉੱਪਰ ਹੋ ਤੇ ਤੁਹਾਨੂੰ ਜ਼ਰੂਰ ਹੀ ਜਾਣਾ ਚਾਹੀਦਾ ਤੇ ਕਿਉਂਕਿ ਉਹਦੇ ਵਿੱਚ ਤੁਹਾਡੀ ਵਿਮੈਨ ਲਈ ਤੇ ਬ੍ਰੈਸਟ ਕੈਂਸਰ ਦੀ ਸਕਰੀਨਿੰਗ ਹੁੰਦੀ ਹੈ, ਕੋਲਨ ਜਿਵੇਂ ਮੈਂ ਕਿਹਾ 45 ਐਂਡ ਅਬਵ ਹੁਣ ਰੈਕਮੈਂਡੇਸ਼ਨਸ ਆ ਰਹੀਆਂ ਤੇ 50 ਐਂਡ ਅਬਵ ਵਿੱਚ ਪ੍ਰੋਸਟੇਟ ਕੈਂਸਰ ਦੀ PSA ਸਕਰੀਨਿੰਗਸ ਵੀ ਹੁੰਦੀਆਂ ਨੇ ਜੋ ਕਿ ਸਿੰਪਲ ਬਲੱਡ ਟੈਸਟ ਵੀ ਹੈਗਾ ਤੇ ਉਸ ਐਗਜ਼ਾਮੀਨੇਸ਼ਨ ਜੋ ਡਾਕਟਰ ਕਰ ਸਕਦੇ ਆ ਆਪਣੇ ਆਫਿਸ ਵਿੱਚ, ਇਹ ਚੀਜ਼ਾਂ ਜੋ ਹੈਗੀਆਂ ਡੈਫੀਨੇਟਲੀ। ਸੋ 40+ ਤੇ ਤੁਹਾਨੂੰ ਜ਼ਰੂਰ ਹੀ ਸੋਚਣਾ ਚਾਹੀਦਾ ਕਿ ਡਾਕਟਰ ਨੂੰ ਰੂਟੀਨ ਚੈੱਕ ਕਰਾਇਆ ਜਾਏ। ਜੀ ਡਾਕਟਰ ਸਾਹਿਬ, ਕੀ ਤੁਸੀਂ ਕਿੰਨੀ ਉਮਰ ਦੇ ਮਤਲਬ ਪੇਸ਼ੈਂਟਸ ਤੁਸੀਂ ਤੁਹਾਡੇ ਕੋਲ ਆਉਂਦੇ ਨੇ ਕੈਂਸਰ ਦੇ ਨਾਲ ਜੂਝਦੇ ਹੋਏ ਜਿਹੜੇ ਆਉਂਦੇ ਨੇ? ਤੇ ਮੰਜੂ ਜੀ ਇੰਝ ਹੈਗਾ ਕਿ ਜੋ ਟ੍ਰੇਨਿੰਗ ਵਾਈਜ਼ ਜੋ ਹੁੰਦੇ ਆ ਜੋ ਬੱਚਿਆਂ ਦੀ ਟ੍ਰੇਨਿੰਗ ਹੁੰਦੀ ਜਿਹਨੂੰ ਅਸੀਂ ਪੀਡੀਆਟ੍ਰਿਕ ਕਹਿੰਦੇ ਆ, ਪੀਡੀਆਟ੍ਰਿਕ ਕੈਂਸਰ ਦੀ ਟ੍ਰੇਨਿੰਗ ਪੀਡੀਆਟ੍ਰਿਕ ਤੋਂ ਤੁਹਾਨੂੰ ਪੀਡੀਆਟ੍ਰੀਸ਼ੀਅਨ ਬਣ ਕੇ ਫਿਰ ਉਸ ਤੋਂ ਅੱਗੇ ਕਰਨੀ ਪੈਂਦੀ ਹੈ। ਤੇ ਮੈਂ ਜੋ ਸੀਗਾ ਐਡਲਟ ਟ੍ਰੇਨਿੰਗ ਕੀਤੀ ਸੀ, ਸੋ ਯਾਨੀ ਕਿ ਮੇਰੇ ਕੋਲ 18 ਸਾਲ ਤੋਂ ਉੱਪਰ ਦੇ ਬੰਦੇ ਆਉਂਦੇ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੇ ਕੋਲ 20 ਈਅਰਸ ਓਲਡ ਦੇ ਕਾਫੀ ਪੇਸ਼ੈਂਟਸ ਆਉਂਦੇ ਨੇ ਜੋ ਕਿ ਮਤਲਬ 18 ਐਂਡ ਅਬਵ ਕਾਫੀ ਪੇਸ਼ੈਂਟ ਨੇ ਅਰਲੀ ਕੈਂਸਰ ਜੋ ਕਿ ਜਿਹਨਾਂ ਦੀ ਕਈਆਂ ਦੀ ਕੋਈ ਫੈਮਿਲੀ ਹਿਸਟਰੀ ਵੀ ਨਹੀਂ ਹੈ ਤੇ ਅਨਯੂਜੁਅਲ ਕੈਂਸਰ ਤੇ ਅਰਲੀ ਕੈਂਸਰ ਅੱਜ ਕੱਲ੍ਹ ਕਾਫੀ ਦੇਖੇ ਜਾਂਦੇ। ਇਸ ਲਈ ਜਦ ਤੁਸੀਂ ਮੈਨੂੰ ਪੁੱਛਿਆ ਕਿ ਕਿਹਨੂੰ ਜਾਣਾ ਚਾਹੀਦਾ ਡਾਕਟਰ ਕੋਲ, ਤੇ ਮੇਰੇ ਹਿਸਾਬ ਨਾਲ ਹਰ ਐਡਲਟ ਨੂੰ ਜਾਣਾ ਹੀ ਚਾਹੀਦਾ ਡਾਕਟਰ ਕੋਲ। ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਮਾਂ ਬਾਪ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜੇ ਤੁਹਾਡਾ ਬੱਚਾ 18 ਸਾਲ ਤੋਂ ਉੱਪਰ ਹੋ ਚੁੱਕਾ ਹੈ ਤੇ ਉਹਦੀ ਉਹਨੂੰ ਵੀ ਤੁਸੀਂ ਫਿਜ਼ੀਕਲ ਵਾਸਤੇ ਡਾਕਟਰ ਕੋਲ ਭੇਜੋ। ਬਿਲਕੁਲ, ਕਿਉਂਕਿ ਤੁਸੀਂ ਕਿਹਾ ਕਿ 18 ਤੋਂ 20 ਸਾਲ ਦੇ ਬੱਚੇ ਤੁਹਾਡੇ ਕੋਲ ਆਉਂਦੇ ਜਿਹੜੇ ਕਿ ਕੈਂਸਰ ਦੇ ਨਾਲ ਜੂਝ ਰਹੇ ਨੇ, ਉਹਦਾ ਰੀਜ਼ਨ ਤੁਸੀਂ ਕਹਿੰਦੇ ਹੋ ਹੈਰੀਡਿਟੀ ਵੀ ਨਹੀਂ ਹੈ, ਤਾਂ ਉਹਦਾ ਸਿੱਧਾ ਹੀ ਰੀਜ਼ਨ ਆਪਣਾ ਖਾਣੇ ਤੇ ਚਲਾ ਜਾਂਦਾ ਹੈ ਜਾਂ ਡਰਿੰਕਸ ਤੇ ਵੀ ਚਲਾ ਜਾਂਦਾ ਹੈ ਜਾਂ ਡਰਗਸ ਤੇ ਵੀ ਚਲਾ ਜਾਂਦਾ ਹੈ ਜਾਂ ਸਮੋਕਿੰਗ ਤੇ ਚਲਾ ਜਾਂਦਾ ਹੈ। ਹਾਂਜੀ, ਆਈ ਥਿੰਕ ਕਈ ਚੀਜ਼ਾਂ ਜੋ ਅਸੀਂ ਅੰਡਰਸਟੈਂਡ ਨਹੀਂ ਕਰਦੇ ਇਨਵਾਇਰਮੈਂਟਲ ਐਕਸਪੋਜਰਸ ਨੇ, ਕਈਆਂ ਦੀ ਡੈਫੀਨਿਟਲੀ ਅਸੀਂ ਜਿਵੇਂ ਜੈਨੇਟਿਕ ਟੈਸਟ ਕਰਦੇ ਹਾਂ, ਅਫਕੋਰਸ ਇੰਨੇ ਯੰਗ ਬੰਦੇ ਦੇ ਅਸੀਂ ਹਮੇਸ਼ਾ ਹੀ ਜੈਨੇਟਿਕ ਟੈਸਟਿੰਗ ਲਈ ਭੇਜਦੇ ਹਾਂ, ਤੇ ਜਸ ਜਿਵੇਂ ਤੁਸੀਂ ਕਿਹਾ ਕਿ ਹਰ ਵਾਰ ਨਹੀਂ ਨਿਕਲਦੀ ਕੋਈ ਜੈਨੇਟਿਕ ਕਿਉਂਕਿ ਕਈਆਂ ਦੀ ਫੈਮਿਲੀ 'ਚ ਵੀ ਨਹੀਂ ਹੈ, ਤੇ ਕਈ ਚੀਜ਼ਾਂ ਅਫਕੋਰਸ ਸਾਇੰਸ ਵੀ ਅਜੇ ਅੰਡਰਸਟੈਂਡ ਕਰ ਰਹੀ ਹੈ, ਅਸੀਂ ਐਜ਼ਿਊਮ ਕਰ ਸਕਦੇ ਹਾਂ ਕਿ ਹੋ ਸਕਦਾ ਹੈ ਡਾਇਟ ਦਾ ਕੋਰੀਲੇਸ਼ਨ ਹੋਏ, ਲਾਈਫ ਸਟਾਈਲ ਜਦੋਂ ਅਸੀਂ ਕਹਿੰਦੇ ਜਿਵੇਂ ਕਿ ਐਕਟੀਵਿਟੀ ਲੈਵਲ ਦਾ ਕੋਰੀਲੇਸ਼ਨ ਹੋਏ, ਕਈ ਚੀਜ਼ਾਂ ਹਜੇ ਅੰਡਰ ਸਟੱਡੀ ਨੇ ਪਰ ਕਈ ਚੀਜ਼ਾਂ ਸਾਨੂੰ ਲਰਨ ਕਰਦੇ ਪਿਆ, ਕੈਮੀਕਲ ਐਕਸਪੋਜਰ ਜੋ ਪੈਸਟੀਸਾਈਡਸ ਜਾਂ ਜੋ ਅਸੀਂ ਕੈਮੀਕਲ ਸਪਰੇ ਹੁੰਦੇ ਨੇ ਫੂਡ ਉੱਤੇ ਵੀ ਐਗਰੀਕਲਚਰ ਵਿੱਚ ਵੀ ਉਹ ਵੀ ਕਹਿੰਦੇ, ਅੱਜ ਕੱਲ੍ਹ ਪੰਜਾਬ ਵਿੱਚ ਵੀ ਕਾਫੀ ਕੈਂਸਰ ਦੇਖਿਆ ਜਾਂਦਾ ਬਿਕੋਜ਼ ਖੇਤੀਬਾੜੀ ਜਿੱਥੇ ਜ਼ਿਆਦਾ ਹੁੰਦੀ ਉੱਥੇ ਕੈਮੀਕਲ ਸਪਰੇਜ਼ ਵੀ ਜ਼ਿਆਦਾ ਹੁੰਦੇ ਨੇ ਤੇ ਉਹਦਾ ਇਫੈਕਟ ਜੋ ਹੈਗਾ ਇਨ ਜਨਰਲ ਸਭ ਬੰਦਿਆਂ ਦੀ ਹੈਲਥ ਤੇ ਹੀ ਵੀ ਪੈਂਦਾ ਕਿਉਂਕਿ ਅਸੀਂ ਅਲਟੀਮੇਟਲੀ ਉਹੀ ਖਾਣਾ ਖਾ ਰਹੇ ਹਾਂ। ਜੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਜੁੜੇ ਹੋਏ ਹਾਂ ਡਾਕਟਰ ਮਨਪ੍ਰੀਤ ਚੱਡਾ ਜੀ ਨਾਲ, ਜਿਹੜੇ ਕਿ ਇੱਕ ਕੈਂਸਰ ਸਪੈਸ਼ਲਿਸਟ ਨੇ ਔਰ ਅਰਜੋਨਾ ਦੇ ਬਾਸ਼ਿੰਦੇ ਨੇ,
ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਆਪਾਂ ਗੱਲਾਂ ਕਰ ਰਹੇ ਹਾਂ ਆਪਣੇ ਸਾਹਮਣੇ ਡਾਕਟਰ ਮਨਪ੍ਰੀਤ ਚੱਟਾ ਜੀ ਨਾਲ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸੋ, ਕੋਵਿਡ ਦਾ ਜਿਹੜੀ ਮਹਾਂਮਾਰੀ ਫੈਲੀ ਹੈ, ਇਹਦੇ 'ਤੇ ਕੈਂਸਰ ਦੇ ਪੇਸ਼ੈਂਟਸ ਕਿੰਨੇ ਇਫੈਕਟ ਹੋਏ ਨੇ? ਕੀ ਇੱਕ ਬੰਦਾ ਜਿਹੜਾ ਕੈਂਸਰ ਨਾਲ ਜੂਝ ਰਿਹਾ, ਉਹਦੇ ਵਾਸਤੇ ਕੋਵਿਡ ਦਾ ਇੰਜੈਕਸ਼ਨ ਫਾਇਦੇਮੰਦ ਹੈਗਾ ਜਾਂ ਨਹੀਂ? ਐਕਚੁਲੀ ਮੰਜੂ ਜੀ, ਬਹੁਤ ਹੀ ਅੱਛਾ ਤੁਸੀਂ ਇਹ ਕੁਐਸਚਨ ਪੁੱਛਿਆ, ਕਿਉਂਕਿ ਪਿਛਲੇ ਸਾਲ, ਕਿਉਂਕਿ ਅਫਕੋਰਸ ਇਹ ਨਵੀਂ ਬਿਮਾਰੀ, ਇੱਕ ਸਾਲ ਦੇ ਅੰਦਰ ਅੰਦਰ ਜੋ ਸਾਡੀ ਲਰਨਿੰਗ ਹੋਈ ਹੈ ਇਹਦੇ ਬਾਰੇ 'ਚ, ਅਤੇ ਇੱਕ ਬੜਾ ਆਰਟੀਕਲ ਪਬਲਿਸ਼ ਹੋਇਆ ਸੀ ਜੋ ਇੱਥੇ ਮੇਜਰ, ਜੋ ਸਾਡਾ ਇੱਕ ਸਾਇੰਸ ਦਾ ਜਰਨਲ ਹੁੰਦਾ, ਉਹਦੇ 'ਚ ਜਿਹਦੇ 'ਚ ਉਹਨਾਂ ਨੇ ਜਿੰਨੇ ਵੀ ਪੇਸ਼ੈਂਟ ਕੈਂਸਰ ਨਾਲ ਇਫੈਕਟ ਹੋਏ ਸੀ, ਜਿਹਨਾਂ ਨੂੰ ਕੋਵਿਡ ਹੋਇਆ, ਉਹਨਾਂ ਦੀ ਉਹਨਾਂ ਨੇ ਸਟੱਡੀ ਕੀਤੀ, ਅਤੇ ਇਹ ਪਾਇਆ ਗਿਆ ਕਿ ਜਿਹੜੇ ਪੇਸ਼ੈਂਟਸ ਨੂੰ ਕੈਂਸਰ ਹੈਗਾ, ਅਗਰ ਉਹਨਾਂ ਨੂੰ ਕੋਵਿਡ ਦੀ ਇਨਫੈਕਸ਼ਨ ਹੁੰਦੀ ਹੈ, ਤੇ ਅਨਫੋਰਚੁਨੇਟਲੀ ਉਹ ਬਿਕੋਜ਼ ਉਹਨਾਂ ਦੀ ਬਾਡੀ ਦੀ ਇਮਿਊਨਿਟੀ ਲੋਅ ਹੈ, ਤੇ ਉਹ ਜ਼ਿਆਦਾਤਰ ਹੋਰ ਸਿੱਕ ਹੋਏ, ਤੇ ਉਹਨਾਂ ਦੀ ਡੈਥ ਰੇਟਸ ਵੀ ਜ਼ਿਆਦਾ ਸੀ, ਤੇ ਜੋ ਕੋਵਿਡ ਯਾਨੀ ਕਿ ਕੈਂਸਰ ਪੇਸ਼ੈਂਟ ਨੂੰ ਹੋਰ ਜ਼ਿਆਦਾ ਅਫੈਕਟ ਕਰ ਸਕਦਾ, ਤੇ ਇਸ ਕਰਕੇ ਅਸੀਂ ਆਪਣੇ ਸਾਰੇ ਕੈਂਸਰ ਪੇਸ਼ੈਂਟਸ ਨੂੰ ਇਨਕਰੇਜ ਕਰ ਰਹੇ ਹਾਂ ਕਿ ਅਗਰ ਉਹ ਕੋਵਿਡ ਦੀ ਵੈਕਸੀਨੇਸ਼ਨ ਲੈ ਸਕਣ, ਜਿਹਦੇ ਕਰਕੇ ਉਹਨਾਂ ਨੂੰ ਜੋ ਹੈਗਾ ਜੋ ਰਿਸਕ ਜੋ ਉਹਨਾਂ ਦਾ ਰਿਡਿਊਸ ਹੋਏ। ਨਾਓ ਅਗੇਨ, ਇਹ ਹਰ ਪੇਸ਼ੈਂਟ ਲਈ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਈ ਪੇਸ਼ੈਂਟਸ ਜੋ ਕਿ ਸਮਝ ਲਓ ਜਿਹਨਾਂ ਨੂੰ ਬਲੱਡ ਦੇ ਕੈਂਸਰ ਦੀ ਪ੍ਰੋਬਲਮ ਹੈ, ਜੋ ਕਿ ਲੁਕੀਮੀਆ ਵਗੈਰਾ ਹੈ, ਜਿਹਨਾਂ ਦੀ ਬਲੱਡ ਕਾਊਂਟਸ ਬਹੁਤ ਲੋਅ ਨੇ, ਉਹਨਾਂ ਨੂੰ ਜ਼ਰੂਰ ਆਪਣੇ ਹੀ ਡਾਕਟਰ ਤੋਂ ਸਲਾਹ ਕਰਨੀ ਚਾਹੀਦੀ ਹੈ ਇੰਜੈਕਸ਼ਨ ਲਗਵਾਉਣ ਤੋਂ ਪਹਿਲੇ। ਮੋਸਟ ਪੇਸ਼ੈਂਟਸ ਲਈ, ਜ਼ਿਆਦਾਤਰ ਪੇਸ਼ੈਂਟਸ ਲਈ ਕੋਈ ਪ੍ਰੋਬਲਮ ਨਹੀਂ ਹੈ, ਪਰ ਕਈ ਪੇਸ਼ੈਂਟਸ ਹੋ ਜਿਹਨਾਂ ਨੂੰ ਕਿ ਬਹੁਤ ਜ਼ਿਆਦਾ ਕੋਈ ਬਲੱਡ ਕਾਊਂਟ ਬਹੁਤ ਲੋਅ, ਜਾਂ ਬਹੁਤ ਉਹਨਾਂ ਦੀ ਜੇ ਟ੍ਰਾਂਸਪਲਾਂਟ ਹੋਇਆ ਹੋਏ, ਤੇ ਬੋਨ ਮੈਰੋ ਟ੍ਰਾਂਸਪਲਾਂਟ ਵਗੈਰਾ, ਉਹਨਾਂ ਪੇਸ਼ੈਂਟ ਨੂੰ ਜ਼ਰੂਰ ਆਪਣੀ ਹੀ ਕੈਂਸਰ ਸਪੈਸ਼ਲਿਸਟ ਦੇ ਨਾਲ ਸਲਾਹ ਕਰਕੇ ਹੀ ਵੈਕਸੀਨ ਲੈਣੀ ਚਾਹੀਦੀ ਹੈ। ਪਰ ਅਸੀਂ ਆਪਣੇ ਬਾਕੀ ਸਾਰੇ ਜਿਹਨਾਂ ਨੂੰ ਅਸੀਂ ਬਲੱਡ ਕੈਂਸਰ ਛੱਡ ਕੇ ਬਾਕੀ ਪੇਸ਼ੈਂਟਸ ਨੂੰ ਤੇ ਅਸੀਂ ਜਨਰਲ ਸਲਾਹ ਦੇ ਹੀ ਰਹੇ ਹਾਂ ਕਿ ਉਹ ਲੈ ਸਕਦੇ ਨੇ, ਤੇ ਉਹ ਤਾਂ ਕਿ ਉਹਨਾਂ ਨੂੰ ਇਨਫੈਕਸ਼ਨ ਨਾ ਹੋਏ। ਡਾਕਟਰ ਸਾਹਿਬ, ਇੱਕ ਨਵਾਂ ਇਲਾਜ ਜਿਵੇਂ ਕੱਢਿਆ ਕਿਸੇ ਨੇ, ਕਹਿੰਦੇ ਨੇ ਕਿ ਇਮਿਊਨ ਥੈਰੇਪੀ ਕੈਂਸਰ ਦੇ ਪੇਸ਼ੈਂਟ ਦੀ, ਇਹ ਕੀ ਚੀਜ਼ ਹੈਗੀ ਹੈ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ? ਬਿਲਕੁਲ, ਤੇ ਮੰਜੂ ਜੀ, ਜਿਵੇਂ ਬੜੀ ਹੀ ਸਦੀਆਂ ਤੋਂ ਲੋਕ ਕਈ ਮੰਨਦੇ ਆਉਂਦੇ ਆ ਕਿ ਜਿਵੇਂ ਜਦੋਂ ਮੈਂ ਇੰਟੀਗ੍ਰੇਟਿਵ ਮੈਡੀਸਿਨ ਵੀ ਕੀਤਾ, ਤੇ ਮੰਨਦੇ ਆਉਂਦੇ ਕਿ ਆਪਣੀ ਬਾਡੀ 'ਚ ਹੀ ਹੀਲਿੰਗ ਕਪੈਸਿਟੀ ਹੈ, ਕਿ ਅਸੀਂ ਆਪਣੀ ਬਾਡੀ ਵਿੱਚ ਹੀ ਕੈਂਸਰ ਨੂੰ ਫਾਈਟ ਕਰ ਸਕਦੇ ਹਾਂ ਇਨ ਅ ਵੇ। ਕਾਨਸੈਪਟ ਨੂੰ ਸਾਇੰਟਿਸਟ ਨੇ ਜਦ ਸਟੱਡੀ ਕੀਤਾ, ਤੇ ਉਹਨਾਂ ਨੇ ਫਾਈਂਡ ਕੀਤਾ ਕਿ ਇਹ ਜੋ ਕਪੈਸਿਟੀ ਹੈ ਉਹ ਕੀ ਹੈਗੀ, ਕਿ ਸਾਡਾ ਆਪਣਾ ਇਮਿਊਨ ਸਿਸਟਮ ਹੈ ਜੋ ਕਿ ਨੋਰਮਲ ਇਨਫੈਕਸ਼ਨ ਨੂੰ ਫਾਈਟ ਕਰਦਾ, ਆਲਸੋ ਫਾਈਟ ਕਰਦਾ ਕੈਂਸਰ ਨੂੰ। ਕੈਂਸਰ ਜੋ ਬਾਡੀ ਸੈੱਲ ਚੇਂਜ ਹੋਏ, ਉਹ ਰੈਕਗਨਾਈਜ਼ ਕਰ ਲੈਂਦਾ, ਪਹਿਚਾਣ ਲੈਂਦਾ ਕਿ ਇਹ ਗਲਤ ਸੈੱਲ ਹੈ, ਤੇ ਉਹਨੂੰ ਡਿਸਟਰੋਏ ਕਰ ਸਕਦਾ। ਪਰ ਕਈ ਵਾਰ ਸਾਡੀ ਬਾਡੀ ਦੇ ਚੇਂਜਸ ਦੇ ਨਾਲ, ਜਾਂ ਉਹ ਇਮਿਊਨ ਸਿਸਟਮ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਉਹਨੂੰ ਪਹਿਚਾਣ ਸਕੇ, ਰੈਕਗਨਾਈਜ਼ ਕਰ ਸਕੇ ਕਿ ਆਪਣੇ ਆਪ ਹੀ ਉਹਨੂੰ ਕੈਂਸਰ ਨੂੰ ਕਿਲ ਕਰ ਸਕੇ। ਤੇ ਅਗਰ ਅਸੀਂ ਇਹ ਟ੍ਰੀਟਮੈਂਟ ਦਿੰਦੇ ਹਾਂ ਜਿਹਨੂੰ ਇਮਿਊਨ ਥੈਰੇਪੀ ਕਹਿੰਦੇ ਨੇ, ਉਹ ਤੁਹਾਡੇ ਇਮਿਊਨ ਸਿਸਟਮ ਨੂੰ ਇਨੋਵੇਟ ਸੋਚੋ ਕਿ ਜਗਾ ਦਿੰਦੀ ਹੈ, ਵੇਕਅਪ ਕਰ ਦਿੰਦੀ ਹੈ ਕਿ ਉਹ ਰੈਕਗਨਾਈਜ਼ ਕਰੇ, ਪਤਾ ਕਰ ਸਕੇ ਕਿ ਕਿਹੜਾ ਸੈੱਲ ਕੈਂਸਰ ਹੈ ਤੇ ਕਿਹੜਾ ਕੈਂਸਰ ਨਹੀਂ ਹੈ, ਜੋ ਕੈਂਸਰ ਦਾ ਸੈੱਲ ਹੈ ਉਹਨੂੰ ਉਹ ਕਿਲ ਕਰ ਸਕੇ। ਸਿੰਪਲੈਸਟ ਵੇਜ ਇਸ ਤਰ੍ਹਾਂ ਕਹਿ ਸਕਦੇ ਕਿ ਯਾਨੀ ਕਿ ਤੁਹਾਡੀ ਆਪਣੀ ਬਾਡੀ ਨੂੰ ਹੀ ਉਹ ਜਗਾ ਦਿੰਦਾ ਕੈਂਸਰ ਨੂੰ ਫਾਈਟ ਕਰਨ ਲਈ, ਜੋ ਕਿ ਅੰਦਰੋਂ ਹੀ ਤੁਹਾਡੀ ਬਾਡੀ ਦੇ ਬਾਡੀ ਦੇ ਹੀ ਵਾਈਟ ਸੈੱਲਸ ਜੋ ਕਿ ਇਨਫੈਕਸ਼ਨ ਫਾਈਟ ਕਰਦੇ ਨੇ ਨੋਰਮਲੀ, ਉਹ ਕੈਂਸਰ ਨੂੰ ਰੈਕਗਨਾਈਜ਼ ਕਰਕੇ, ਕੈਂਸਰ ਨੂੰ ਫਾਈਂਡ ਕਰਕੇ ਉਹਨੂੰ ਕੈਂਸਰ ਨੂੰ ਕਿਲ ਕਰ ਦੇਣ ਅੰਦਰ ਬਿਨਾਂ ਹੀ ਕੈਮੀਕਲ ਦੇ। ਸੋ ਇਹ ਜੋ ਹੈਗਾ, ਕੈਮੀਕਲ ਨਹੀਂ ਹੁੰਦਾ, ਹੇਅਰ ਲੋਸ ਨਹੀਂ ਹੁੰਦਾ ਤੁਹਾਡਾ, ਬਲੱਡ ਜੋ ਤੁਹਾਡੇ ਬਾਡੀ ਦੀ ਹੈਗੀਆਂ ਨੇ, ਖੂਨ ਦੀ ਕਮੀ ਨਹੀਂ ਹੁੰਦੀ ਉਹਦੇ ਨਾਲ, ਵਾਲ ਨਹੀਂ ਚੜਦੇ, ਤੇ ਕੋਈ ਵੀ ਜ਼ਿਆਦਾਤਰ ਪੇਸ਼ੈਂਟ ਨੂੰ ਕੋਈ ਜਿਵੇਂ ਵੋਮਿਟਿੰਗ ਵਗੈਰਾ ਦੀ, ਜਾਂ ਜੀ ਯੂਨੋ ਕੱਚਾ ਉਵੇਂ ਦੀ ਚੀਜ਼ਾਂ ਨਹੀਂ ਹੁੰਦੀਆਂ ਇਹਦੇ ਨਾਲ, ਤੇ ਕਾਫੀ ਅੱਛੀ ਤਰ੍ਹਾਂ ਟੋਲਰੇਟ ਹੁੰਦੀ, ਕਿਉਂਕਿ ਤੁਹਾਡੇ ਆਪਣੇ ਇਮਿਊਨ ਸਿਸਟਮ ਨੂੰ ਹੀ ਅਲਾਓ ਕਰ ਰਹੀ ਹੈ ਫਾਈਟ ਕਰਨ ਲਈ, ਤੇ ਅੱਜ ਕੱਲ੍ਹ ਦੀ ਇਹੀ ਅੱਜ ਕੱਲ੍ਹ ਕਾਫੀ ਇੰਪੋਰਟੈਂਟ ਟ੍ਰੀਟਮੈਂਟ ਹੈ ਜੀ। ਤੇ ਇਹ ਇਮਿਊਨ ਥੈਰੇਪੀ, ਇਹ ਕੋਈ ਇੰਜੈਕਸ਼ਨ ਹੈ ਜਾਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਕਿ ਬਈ ਇਹ ਕਿੱਦਾਂ ਕਰਨੀ ਹੈਗੀ ਹੈ? ਹਾਂਜੀ, ਨਹੀਂ ਮੰਜੂ ਜੀ, ਐਕਚੁਅਲੀ ਇੰਜੈਕਸ਼ਨ ਹੈਗੇ ਨੇ ਉਹ ਤੁਹਾਡੇ, ਜਿਵੇਂ ਕਈਆਂ ਨੂੰ ਕੈਂਸਰ ਪੇਸ਼ੈਂਟ ਨੂੰ ਦੇਖਿਆ ਹੋਏਗਾ ਕਿ ਉਹਨਾਂ ਦੇ ਆਈਵੀ ਲਗਾਉਂਦੇ ਜਾਂ ਪੋਰਟ ਲਗਾਉਂਦੇ, ਜਿਹਨਾਂ ਦੇ ਥਰੂ ਟ੍ਰੀਟਮੈਂਟ ਦਿੱਤੀਆਂ ਜਾਂਦੀਆਂ ਨੇ, PICC ਲਗਾਉਂਦੇ ਨੇ, ਤੇ ਉਹਨਾਂ ਦੇ ਥਰੂ ਜੋ ਹੈਗਾ ਇਹ ਟ੍ਰੀਟਮੈਂਟ ਦਿੱਤੀ ਜਾਂਦੀ ਹੈ। ਇੰਟਰਾਵੀਨਸ ਹੁੰਦੀ ਹੈ, ਵੇਨ ਦੇ ਅੰਦਰ ਜਾਂਦੀ ਹੈ, ਤੇ ਜ਼ਿਆਦਾਤਰ ਹੁੰਦੀ ਹੈ ਐਵਰੀ 2 weeks, ਹਰ 2 ਹਫ਼ਤੇ ਬਾਅਦ, ਜਾਂ ਐਵਰੀ 3 weeks, 3 ਹਫ਼ਤੇ ਬਾਅਦ ਲਗਾਈ ਜਾਂਦੀ ਹੈ, ਤੇ ਉਹ ਡਾਕਟਰ ਦੇ ਹੀ, ਓਂਕੋਲੋਜੀ ਦੇ ਹੀ, ਤੁਹਾਡੇ ਜੋ ਕੈਂਸਰ ਸਪੈਸ਼ਲਿਸਟ ਦੇ ਆਫਿਸ ਵਿੱਚ ਹੀ ਲਗਾਈ ਜਾਂਦੀ ਹੈ ਟ੍ਰੀਟਮੈਂਟ ਜੋ ਦਿੱਤੀ ਜਾਂਦੀ ਹੈ। ਆਪਣੇ ਆਪ ਨਹੀਂ ਲੈ ਸਕਦੇ, ਗੋਲੀ ਵੀ ਨਹੀਂ ਹੈਗੀ, ਤੇ ਇੰਜੈਕਸ਼ਨ ਹੀ ਹੈਗਾ,
ਲਗਵਾਉਣ ਜਾਣਾ ਪੈਂਦਾ ਹੈ ਲਗਵਾਉਣ ਜਾਣਾ ਪੈਂਦਾ ਹਾਂਜੀ ਇਹਦੇ ਨਾਲ ਜਿਹੜਾ ਕੈਂਸਰ ਦਾ ਪੇਸ਼ੈਂਟ ਜੂਝ ਰਿਹਾ ਜਿਹੜੇ ਆਪਣੀ ਬਿਮਾਰੀ ਦੇ ਨਾਲ ਉਹਨੂੰ ਫਰਕ ਪੈਂਦਾ ਹੈਗਾ ਬਿਲਕੁਲ ਐਕਚੁਅਲੀ ਹੁਣ ਇਹ ਜੋ ਹੈ ਇਮਿਊਨ ਥੈਰੇਪੀਜ਼ ਹਰ ਕੈਂਸਰ ਲਈ ਅਵੇਲੇਬਲ ਨਹੀਂ ਨੇ ਯਾਨੀ ਕਿ ਇਹ ਨਹੀਂ ਕਿ ਕਿ ਹਰ ਕੈਂਸਰ ਜਿਸ ਅਸੀਂ ਕਰ ਸਕਦੇ ਹਾਂ ਅਸੀਂ ਕਈ ਹਰ ਇੱਕ ਕੈਂਸਰ ਦੀ ਸਟੱਡੀ ਕੀਤੀ ਗਈ ਤੇ ਉਹਦੇ ਵਿੱਚ ਫਾਇੰਡ ਕੀਤਾ ਗਿਆ ਕਿ ਕਈ ਕੈਂਸਰ ਲਈ ਉਹ ਹੈਲਪਫੁਲ ਹੈਗਾ ਕਈ ਕੈਂਸਰ 'ਚ ਉਹਦੀ ਮਦਦ ਹੁੰਦੀ ਹੈ ਕਿਸ ਤਰ੍ਹਾਂ ਪਤਾ ਚੱਲਦਾ ਕਿ ਜੋ ਤੁਹਾਡੀ ਤੁਸੀਂ ਕਿਸੇ ਪੇਸ਼ੈਂਟ ਦੀ ਬਾਇਓਪਸੀ ਕੀਤੀ ਜਾਂਦੀ ਹੈ ਸੈਂਪਲ ਲਿੱਤਾ ਜਾਂਦਾ ਤੇ ਉਹਦੇ ਤੇ ਅਸੀਂ ਅੱਜ ਕੱਲ੍ਹ ਜਿਹਨੂੰ ਕਹਿੰਦੇ ਆ ਪ੍ਰੋਫਾਈਲਿੰਗ ਕਹਿੰਦੇ ਟਿਊਮਰ ਪ੍ਰੋਫਾਈਲਿੰਗ ਯਾਨੀ ਕਿ ਉਹਦੀ ਬਾਇਓਪਸੀ ਦੇ ਸੈਂਪਲ ਨੂੰ ਸੈਂਡ ਕੀਤਾ ਜਾਂਦਾ ਟੈਸਟ ਕੀਤਾ ਜਾਂਦਾ ਕਿ ਇਹਦੇ ਅੰਦਰ ਕਿਹੜੀ ਜੀਨਸ ਨੇ ਕੀ ਪ੍ਰੋਬਲਮ ਹੈ ਤੇ ਉਸ ਪ੍ਰੋਬਲਮ ਲਈ ਤੁਸੀਂ ਉਹਦੀ ਟ੍ਰੀਟਮੈਂਟ ਦਿਓ ਸਮਝ ਲਓ ਜਿਵੇਂ ਲੋਕ ਐਂਡ ਕੀ ਹੁੰਦਾ ਚਾਬੀ ਤੇ ਤਾਲਾ ਹੁੰਦਾ ਤੁਹਾਨੂੰ ਪਤਾ ਕਰੋ ਕਿ ਕਿਹੜੇ ਤਾਲੇ 'ਚ ਕਿਹੜੀ ਚਾਬੀ ਲੱਗੇਗੀ ਇਸੇ ਤਰ੍ਹਾਂ ਤੁਸੀਂ ਪਤਾ ਕਰ ਦਿਓ ਕਿ ਇਸ ਕੈਂਸਰ ਲਈ ਕਿਹੜੀ ਦਵਾਈ ਜ਼ਿਆਦਾ ਅਸਰ ਕਰੇਗੀ ਅੱਜ ਕੱਲ੍ਹ ਟਿਊਮਰ ਪ੍ਰੋਫਾਈਲਿੰਗ ਯਾਨੀ ਕਿ ਜਿੰਨਾ ਅਸੀਂ ਸਪੈਸੀਫਿਕ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਜਿੰਨਾ ਅਸੀਂ ਕਰ ਸਕਦੇ ਕਿ ਇਸ ਕੈਂਸਰ ਲਈ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ ਅਗਰ ਫਾਇੰਡ ਕੀਤੀ ਜਾਏ ਉਹਦੀ ਕੀ ਵੀਕਨੈਸ ਹੈ ਤੇ ਅਸੀਂ ਉਹਨੂੰ ਬਹੁਤ ਅੱਛੀ ਤਰ੍ਹਾਂ ਟ੍ਰੀਟ ਕਰ ਸਕਦੇ ਹਾਂ ਇਮਿਊਨ ਥੈਰੇਪੀ ਲਈ ਵੀ ਇੱਕ ਟਾਰਗੇਟ ਹੁੰਦਾ ਜੋ ਚੈੱਕ ਕੀਤਾ ਜਾਂਦਾ ਹੈ ਜਿਹਨੂੰ PD-L1 ਕਹਿੰਦੇ ਹੈ ਅਗਰ ਉਹ ਐਕਸਪ੍ਰੈਸ਼ਨ ਹੋਏ ਉਹ ਦਿਖਾਈ ਦੇ ਕੈਂਸਰ ਤੇ ਉਹਦੇ ਹਿਸਾਬ ਨਾਲ ਹੀ ਦੇ ਸਕਦੇ ਹਾਂ ਸੋ ਯਾਨੀ ਕਿ ਹਰ ਪੇਸ਼ੈਂਟ ਲਈ ਹੋ ਸਕਦਾ ਨਾ ਵਰਕ ਕਰੇ ਮੋਸਟ ਪੇਸ਼ੈਂਟਸ ਲਈ ਬੇਸਡ ਔਨ ਕੇ ਅਸੀਂ ਜੋ ਪ੍ਰੋਫਾਈਲਿੰਗ ਕਰਦੇ ਉਹਦੇ ਨਾਲ ਪਤਾ ਚੱਲਦਾ ਹੈ ਜੀ ਡਾਕਟਰ ਸਾਹਿਬ ਇਹ ਜਿਹੜੀ ਇਮਿਊਨ ਥੈਰੇਪੀ ਦਾ ਜਿਹੜਾ ਇੰਜੈਕਸ਼ਨ ਹੈ ਇਹ ਕੋਈ ਵੀ ਬੰਦਾ ਦੇ ਸਕਦਾ ਹੈ ਕਿ ਸਿਰਫ ਡਾਕਟਰ ਹੀ ਦੇ ਸਕਦਾ ਹੈਗਾ ਨਹੀਂ ਮੰਜੂ ਜੀ ਇਹ ਜੋ ਹੈਗਾ ਬੜੀ ਸਪੈਸ਼ਲ ਟ੍ਰੀਟਮੈਂਟ ਹੈ ਜਿਵੇਂ ਇਹਨੂੰ ਵੀ ਕੀਮੋ ਟ੍ਰੀਟਮੈਂਟ ਵਾਂਗਾ ਨਹੀਂ ਤੁਸੀਂ ਸਮਝ ਸਕਦੇ ਹੋ ਕੀਮੋ ਨਹੀਂ ਹੈਗੀ ਤੇ ਇਹ ਵੀ ਐਕਸਪੈਂਸਿਵ ਮੈਡੀਸਿਨਸ ਹੁੰਦੀਆਂ ਨੇ ਤੇ ਇਹ ਵੀ ਡਾਕਟਰ ਦੇ ਥਰੂ ਹੀ ਸਿਰਫ ਤੁਹਾਡੇ ਕੈਂਸਰ ਸਪੈਸ਼ਲਿਸਟ ਹੀ ਲਿਖ ਕੇ ਦੇ ਸਕਦੇ ਨੇ ਤੇ ਉਹੀ ਇਹ ਟ੍ਰੀਟਮੈਂਟ ਤੁਹਾਨੂੰ ਪ੍ਰਿਸਕ੍ਰਾਈਬ ਕਰ ਸਕਦੇ ਨੇ ਇਹ ਕੀ ਹਸਪੀਟਲ 'ਚ ਜਾ ਕੇ ਲੈਣਾ ਪੈਂਦਾ ਕਿ ਆਊਟਡੋਰ ਵੀ ਜਿਵੇਂ ਇਨਪੇਸ਼ੈਂਟ ਵੀ ਹੋ ਜਾਂਦਾ ਹੈਗਾ ਨਹੀਂ ਬਿਲਕੁਲ ਆਊਟਪੇਸ਼ੈਂਟ ਹੋ ਜਾਂਦਾ ਜਿਵੇਂ ਅਸੀਂ ਆਪਣੇ ਆਫਿਸ ਦੇ ਅੰਦਰ ਹੀ ਸਾਡਾ ਇੱਕ ਬਣਾਇਆ ਹੋਇਆ ਇਨਫਿਊਜ਼ਨ ਸੈਂਟਰ ਜਿਹਨੂੰ ਕਹਿੰਦੇ ਨੇ ਕਿ ਕੈਂਸਰ ਪੇਸ਼ੈਂਟ ਜਾਂਦੇ ਉਹਦੇ ਤੇ ਕਾਮਨਲੀ ਕਿ ਜਾ ਕੇ ਤੁਸੀਂ ਟ੍ਰੀਟਮੈਂਟ ਕਰਾ ਕੇ ਆਪਣੇ ਘਰ ਵਾਪਸ ਚਲੇ ਜਾਓ ਸਿਰਫ ਜਿਵੇਂ ਤੁਸੀਂ ਡਾਕਟਰ ਆਫਿਸ ਜਾਂਦੇ ਹੋ ਤੇ ਤੁਹਾਨੂੰ ਇੰਜੈਕਸ਼ਨ ਲਗਾ ਕੇ ਤੁਸੀਂ ਉਸ ਤੋਂ ਬਾਅਦ ਆਪਣੇ ਘਰ ਜਾ ਸਕਦੇ ਹੋ ਘੰਟਾ ਹੀ ਲੱਗਦਾ ਹੈ ਅਬਾਊਟ 1-2 ਘੰਟੇ ਲੱਗਦੇ ਉਸ ਤੋਂ ਜ਼ਿਆਦਾ ਨਹੀਂ ਟ੍ਰੀਟਮੈਂਟ ਕਰਾ ਕੇ ਤੁਸੀਂ ਆਪਣੇ ਘਰ ਵਾਪਸ ਜਾ ਸਕਦੇ ਹੋ ਉਸੇ ਟਾਈਮ ਡਾਕਟਰ ਸਾਹਿਬ ਕਹਿੰਦੇ ਕਈ ਵਾਰੀ ਬੰਦੇ ਨੂੰ ਚੌਥੀ ਸਟੇਜ ਤੇ ਆ ਕੇ ਪਤਾ ਚੱਲਦਾ ਕਿ ਵੀ ਇਹ ਹੁਣ ਇਹਨੂੰ ਇੰਨਾ ਕੈਂਸਰ ਵੱਧ ਗਿਆ ਉਹਦੇ ਵਾਸਤੇ ਫਿਰ ਉਹ ਕੀਮੋ ਜਾਂ ਰੇਡੀਏਸ਼ਨ ਦੇਣਾ ਸ਼ੁਰੂ ਕਰ ਜਾਂਦੇ ਨੇ ਜਿਹਦੇ ਨਾਲ ਬੰਦੇ ਬੰਦਾ ਵੈਸੇ ਹੀ ਇਹਦੇ ਰਿਐਕਸ਼ਨ ਇਹ ਜ਼ਰੂਰੀ ਹੈਗਾ ਜਦੋਂ ਪਤਾ ਹੈ ਕਿ ਫੋਰਥ ਸਟੇਜ 'ਤੇ ਬੰਦਾ ਹੈਗਾ ਕਿ ਕੀਮੋ ਜ਼ਰੂਰੀ ਹੈਗੀ ਹੈ ਕਿ ਰੇਡੀਏਸ਼ਨ ਜ਼ਰੂਰੀ ਹੈਗੀ ਹੈ ਹਾਂਜੀ ਤੇ ਜਿਵੇਂ ਤੁਸੀਂ ਕਿਹਾ ਕਿ ਕੈਂਸਰ ਦੀ ਸਟੇਜਸ ਹੁੰਦੀਆਂ ਜਿਸ ਕਿ ਜ਼ਿਆਦਾਤਰ ਸਭ ਨੂੰ ਪਤਾ ਹੈ ਕਿ 4 ਸਟੇਜ ਕੀ ਹੁੰਦਾ ਪਰ ਕੈਂਸਰ ਦੀ 4 ਸਟੇਜਸ ਹੁੰਦੀਆਂ ਜ਼ਿਆਦਾਤਰ ਹਰ ਕੈਂਸਰ ਦੀ ਕਈ ਕੈਂਸਰ ਦੀ ਨਹੀਂ ਹੁੰਦੀਆਂ ਉਹਨਾਂ ਨੂੰ ਡਿਫਰੈਂਟ ਕਰਦੇ ਨੇ ਪਰ ਜ਼ਿਆਦਾਤਰ ਕੈਂਸਰ 1-2 ਅਰਲੀ ਹੁੰਦਾ ਹੈ 3 ਨੂੰ ਤੁਸੀਂ ਕਹਿ ਲਓ ਲੋਕਲ ਐਡਵਾਂਸ ਯਾਨੀ ਕਿ ਇੰਨਾ ਛੋਟਾ ਨਹੀਂ ਹੈ ਪਰ ਫਿਰ ਵੀ ਲੋਕਲ ਹੈ ਕਿ ਤੁਸੀਂ ਉੱਥੋਂ ਨੂੰ ਕੱਟ ਕਰ ਸਕਦੇ ਹੋ ਜਾਂ ਸਰਜਰੀ ਕਰ ਸਕਦੇ ਹੋ ਜਾਂ ਰੇਡੀਏਸ਼ਨ ਕਰ ਸਕਦੇ ਹੋ ਜੋ ਸਟੇਜ 4 ਹੈਗਾ ਯਾਨੀ ਕਿ ਉਹ ਸਪਰੈਡ ਹੋ ਚੁੱਕਾ ਹੈ ਯਾਨੀ ਇੱਕ ਪਾਰਟ ਤੋਂ ਦੂਜੇ ਪਾਰਟ ਤੱਕ ਜਾ ਚੁੱਕਿਆ ਸਪਰੈਡ ਹੋ ਗਿਆ ਤੁਹਾਡੀ ਬੋਡੀ 'ਚ ਤੇ ਜਦ ਸਪਰੈਡ ਹੋਏ ਤੇ ਇੱਕ ਚੀਜ਼ ਜਿਵੇਂ ਕਿਉਂਕਿ ਅਸੀਂ ਕੈਂਸਰ ਡਾਕਟਰ ਦੀ ਤਰ੍ਹਾਂ ਮੈਂ ਅਗਰ ਆਪਣਾ ਪਰਸਪੈਕਟਿਵ ਦੱਸਾਂ ਤੇ ਕਿ ਸਾਡੇ ਕੋਲ ਅਗਰ ਮੈਂ ਕਿਹਾ ਜਾਏ ਤੇ ਅਨਫੋਰਚੁਨੇਟਲੀ ਈਵਨ ਅਸੀਂ ਇੰਨੀ ਸਕਰੀਨਿੰਗ ਦੇ ਬਾਵਜੂਦ ਵੀ ਸਾਡੇ ਕੋਲ 50% ਤੋਂ ਜ਼ਿਆਦਾ ਪੇਸ਼ੈਂਟ ਸਟੇਜ 4 ਤੇ ਹੀ ਆਉਂਦੇ ਨੇ ਈਵਨ ਇਨ ਅਮੈਰੀਕਾ ਤੇ ਯਾਨੀ ਕਿ ਹਜੇ ਆਫਕੋਰਸ ਪ੍ਰੀਵੈਂਸ਼ਨ ਤੇ ਸਕਰੀਨਿੰਗ ਇੰਪੋਰਟੈਂਟ ਹੈ ਪਰ ਤਾਂ ਵੀ ਲੇਟ ਆਉਂਦੇ ਹੈ ਤੇ ਹਰ ਕੈਂਸਰ ਦਾ ਸਟੇਜ 4 ਡਿਫਰੈਂਟ ਹੈ ਕਿਉਂਕਿ ਸਾਨੂੰ ਪਤਾ ਹੈ ਓਵਰ ਐਕਸਪੀਰੀਅੰਸ ਇਹ ਹੀ ਲਰਨਿੰਗ ਓਵਰ ਮੈਨੀ ਇਅਰਸ ਜੋ ਅਸੀਂ ਲਰਨ ਕਰਦੇ ਕਿ ਹਰ ਕੈਂਸਰ ਦਾ ਸਟੇਜ 4 ਦੀ ਜੋ ਕਿ ਆਊਟਕਮ ਨੇ ਯਾਨੀ ਕਿ ਉਹ ਕਿੰਨੇ ਸਾਲ ਕੋਈ ਬੰਦਾ ਜੀ ਸਕਦਾ ਹੈ ਡਿਫਰੈਂਟ ਹੈ ਯਾਨੀ ਕਿ ਇੱਕ ਸਟਮਕ ਦੇ ਕੈਂਸਰ ਦੇ ਪੇਸ਼ੈਂਟ ਦਾ ਸਟੇਜ 4 ਬ੍ਰੈਸਟ ਦੇ ਕੈਂਸਰ ਦੇ ਸਟੇਜ 4 ਤੋਂ ਜਾਂ ਲੰਗ ਦੇ ਕੈਂਸਰ ਦੇ ਸਟੇਜ 4 ਤੋਂ ਜਾਂ ਪੈਂਕਰੀਆਸ ਦੇ ਕੈਂਸਰ ਦੇ ਸਟੇਜ 4 ਤੋਂ ਡਿਫਰੈਂਟ ਆਊਟਕਮਸ ਨੇ ਆਫਕੋਰਸ ਮਤਲਬ ਉਹ ਨੰਬਰਸ ਡਿਫਰੈਂਟ ਨੇ ਇਹ ਨਹੀਂ ਕਹਿ ਸਕਦੇ ਕਿ ਉਹ ਸਭ ਯੂ ਨੋ ਬਹੁਤ ਸਾਲ ਜੀਣਗੇ ਆਫਕੋਰਸ ਸਾਡੇ ਪੇਸ਼ੈਂਟ ਬਹੁਤ ਸਾਲ ਜੀਣ ਪਰ ਅਸੀਂ ਜੋ ਟ੍ਰੀਟਮੈਂਟ ਜੋ ਸਾਡਾ ਪਲਾਨ ਹੈਗਾ ਉਹ ਬੇਸਡ ਹੁੰਦਾ ਹੈ ਕਿ ਇੱਕ ਤੇ ਐਕਸਪੈਕਟੇਸ਼ਨ ਕੀ ਹੈ ਤੇ ਅਗਰ ਉਹ ਐਕਸਪੈਕਟੇਸ਼ਨ ਜੋ ਸਾਨੂੰ ਟ੍ਰੀਟਮੈਂਟਸ ਨਾਲ ਪਤਾ ਹੈ ਅਸੀਂ ਪੇਸ਼ੈਂਟ ਨਾਲ ਗੱਲ ਕੀਤੀ ਜਾਏ ਤੇ ਹਰ ਪੇਸ਼ੈਂਟ ਦਾ ਆਪਣਾ ਗੋਲ ਹੁੰਦਾ ਹੈ ਕਿਉਂਕਿ ਇਹ ਬੜਾ ਐਥੀਕਲੀ ਡਿਫਰੈਂਟ ਕੁਐਸਚਨ ਹੁੰਦਾ ਕਿ ਇਹ ਤੇ ਹਰ ਇੱਕ ਦੀ ਆਪਣੀ ਚਾਹ ਜੀਣ ਦੀ ਚਾਹ ਡਿਫਰੈਂਟ ਹੁੰਦੀ ਹੈ ਤੇ ਕਈ ਪੇਸ਼ੈਂਟ ਸਟੇਜ 4 ਵਿੱਚ ਕੁਛ ਵੀ ਨਹੀਂ ਕਰਾਉਣਾ ਚਾਹੁੰਦੇ ਤੇ ਕਈ ਪੇਸ਼ੈਂਟਸ ਨੂੰ
डेफिनेटली कराना चाहते क्योंकि कई दिल की चाह होंगी कि मैं जिमें अपनी बच्ची का विआह देखा या मैं अपने बच्चे नू स्कूल तो ग्रेजुएट होना देखा या मैं अपने ग्रैंड चाइल्ड नू भी जो पोता पोती नू देखना चाहते जी हैं नेक्स्ट नेक्स्ट डिजायर भी होंगी कि सो जिमें नेक्स्ट कहना कि क्वालिटी ऑफ लाइफ क्वान्टिटी ऑफ लाइफ गल की बस उत्थे क्वेश्चन उत्थे आ जाता है कि पेशेंट की चाहता है। जी डॉक्टर साहब, तुहाडे नाल गल करदे हुए टाइम दा पता नहीं चलिया किवें टाइम निकल गया, पर तुसी जांदे जांदे साडे दर्शकां नूं कैंसर तों बचण लई कुछ टिप्स देना चाहते हो? बिल्कुल मंजू जी, फर्स्ट कि प्लीज डॉक्टर को जाया जाए ते हाँ स्क्रीनिंग जी करान हर पेश हर बंदा जाए, ऐ नहीं कि प्रॉब्लम होए ते ता जाए। सेकंड प्लीज एक्टिव रहा जाए, ऐसी कोशिश करिए कि ऐसे जिन्ना मूव अराउंड कर सकते हैं उन्ना करिए, जिन्हें अपने स्टेप्स जिन्हें ऐसे काउंट कर सके या जो एक्सरसाइज जिन्नी कर सकते हैं जिन्नी बॉडी की कैपेसिटी के हिसाब न जरूर किया जाए। नंबर थ्री कि मोर प्लांट बेस्ड से होल ग्रेन्स किते जान, शुगरी स्टफ केमिकल्स वाला स्टफ जो प्रोसेस फूड जो तुसी पैकेट इच खरीद के खा रहे हो कोशिश करो ना खाओ, फ्रेश बनाया जाए। ते अवॉइडिंग जो तुसी एक्सपोजर जो रिस्क नोन है अल्कोहल स्मोकिंग टबाको दी च्यूइंग ये अवॉइड जी किया जाए। यह चीज अगर असी करिए तो जरूर असी अपने आप को काफी हद तक कैंसर तो बचा सकते हैं। जी कहिंदे ने कि भई अपने लिए तो सारे कोई जींदे ने, तुसी उस शख्स लिए भी जी के देखो जड़ा कि एक मंजे ते पिया है, ओदे कैंसर नाल जूझ रहा है, ओदे हाथ ते हाथ रख के, ओदे मत्थे ते हाथ रख के मत्था चूम के तुसी ये भी कह सकते हो कि कैंसर तो घबराना नहीं है, कैंसर नू हराना है, कैंसर तो डरना नहीं हैगा, और यही समझाना है कि आपां घबराना नहीं है। इस दे नाल ही डॉक्टर साहब दे रूल्स नू फॉलो करो, हर साल अपना स्क्रीनिंग कराओ, अपना फिजिकल कराओ, ते मेरे पंजाबियों माँ बोली नू प्यार करन वालों, थोड़ी चढ़दी कला दी अरदास दे नाल असी हुण थोड़े तो विदा लैने हां। सत श्री अकाल।